ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਕਬੱਡੀ ਮਾਲਵੇ ਦੀ PB31 ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਦੇ ਹਾਂ ਮਾਂ ਖੇਡ ਕਬੱਡੀ ਦੇ ਸੁਪਰ ਸਟਾਰ ਰੇਡਰ ਸੰਦੀਪ ਦੋਦੇਵਾਲ ਦੀ। ਸੰਦੀਪ ਵੀਰੇ, ਤੁਹਾਡਾ ਸਵਾਗਤ ਹੈ ਸਾਡੀ ਸਾਰੀ ਟੀਮ ਵੱਲੋਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਕਬੱਡੀ ਮਾਲਵੇ ਯੂਟਿਊਬ ਚੈਨਲ ਵਾਲਿਆਂ ਦਾ, ਜਿਹੜੇ ਸਾਡੇ ਘਰ ਪਹੁੰਚੇ ਸਾਡੀ ਇੰਟਰਵਿਊ ਲੈਣ ਵਾਸਤੇ। ਸੰਦੀਪ ਵੀਰੇ, ਤੁਹਾਡਾ ਜਨਮ ਕਦੋਂ ਅਤੇ ਕਿੱਥੇ ਹੋਇਆ? ਮੇਰਾ ਜਨਮ ਜੀ 5 ਦਸੰਬਰ 1992 ਨੂੰ ਪਿੰਡ ਦੋਦਾ 'ਚ ਹੀ ਹੋਇਆ। ਜ਼ਿਲ੍ਹਾ ਆਪਾਂ ਨੂੰ ਮੁਕਤਸਰ ਪੈ ਜਾਂਦਾ ਬਾਈ? ਹਾਂਜੀ, ਜ਼ਿਲ੍ਹਾ ਮੁਕਤਸਰ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਵੀਰੇ? ਪਰਿਵਾਰ ਦੇ ਵਿੱਚ ਮੇਰੀ ਮਾਤਾ ਜੀ, ਮੇਰਾ ਡੈਡੀ ਜੀ, ਮੇਰਾ ਬ੍ਰਦਰ, ਮੇਰੀ ਵਾਈਫ ਅਤੇ ਮੈਂ। ਵੀਰੇ, ਬ੍ਰਦਰ ਅਤੇ ਫਾਦਰ ਸਾਹਿਬ ਦਾ ਨਾਮ? ਮੇਰੇ ਪਿਤਾ ਜੀ ਦਾ ਨਾਂ ਰਾਜਾ ਸਿੰਘ ਅਤੇ ਮੇਰੇ ਬ੍ਰਦਰ ਦਾ ਨਾਮ ਅਮਨਦੀਪ ਸਿੰਘ। ਅਮਨਦੀਪ ਘੋੜਾ। ਹਾਂਜੀ। ਪੜ੍ਹਾਈ ਕਿੰਨੀ ਹੈ ਵੀਰੇ ਤੁਹਾਡੀ? ਮੈਂ ਜੀ +2 ਤਾਂ ਹੀ ਪੜ੍ਹਾਈ ਕੀਤੀ, ਉਦੋਂ ਬਾਅਦ ਬਸ ਖੇਡਣ ਦਾ ਰੁਝਾਨ ਪੈ ਗਿਆ, ਬਸ ਇੱਧਰ ਚੱਲ ਪਏ। ਮਤਲਬ ਗੇਮ 'ਚ ਪੈ ਗਏ ਸੀ ਖੇਡ? ਹਾਂ ਹਾਂ ਹਾਂ, ਗੇਮ 'ਚ ਪੈ ਗਏ। ਗੇਮ 'ਚ ਕਦੋਂ ਅਤੇ ਕਿਵੇਂ ਆਉਣਾ ਹੋਇਆ ਤੁਹਾਡਾ? ਗੇਮ 'ਚ ਸਾਡੇ ਅਸੀਂ ਮੈਂ ਪਹਿਲਾਂ ਫੁੱਟਬਾਲ ਖੇਡਦਾ ਹੁੰਦਾ ਸੀ। ਠੀਕ ਹੈ। ਅਤੇ ਫੁੱਟਬਾਲ 'ਚ ਵਧੀਆ ਖੇਡਦੇ ਮੈਂ, ਸਾਡੇ ਇੱਥੇ ਸੋਥੇ ਗਰਾਊਂਡ ਮੁੰਡੇ 'ਤੇ ਵਧੀਆ ਖੇਡਦੇ ਫੁੱਟਬਾਲ ਦੇ। ਅਤੇ ਉੱਥੇ ਸਾਡੇ ਪਿੰਡ ਦੇ ਬਾਬਾ ਨੈਬ ਗਿੱਲ, ਜਿਹਨੇ ਮੈਨੂੰ ਕੌਡੀ ਨਹੀਂ ਲਿਆਉਂਦਾ, ਉਹ ਉੱਥੇ ਜਾ ਵੜਦੇ ਸੀ ਅਤੇ ਉਹ ਸਾਨੂੰ ਤਾਂ ਸਾਰੇ ਫੁੱਟਬਾਲ ਨੂੰ ਕੌਡੀ ਖੇਡਣ ਲਾ ਲੈਂਦੇ ਸੀ। ਅਤੇ ਉਹਨੂੰ ਸ਼ੌਂਕ ਸੀ ਬੰਦੇ ਨੂੰ ਕਬੱਡੀ ਦਾ, ਕਿਉਂਕਿ ਉਹ ਪਹਿਲਾਂ ਸਾਡੇ ਹੋਰ ਪਲੇਅਰ ਸੀਗੇ ਦੋਦੇ ਦੇ, ਉਹਨਾਂ ਨੂੰ ਖੜਾਉਂਦਾ ਰਹਿੰਦਾ ਸੀ। ਠੀਕ ਹੈ। ਬਸ ਉਹਨੇ ਹੀ ਫਿਰ ਉੱਥੋਂ ਸੋਥਿਓਂ ਚੱਕ ਕੇ ਦੋਦੇ ਮਾਰਿਆ ਮੈਨੂੰ, ਅਤੇ ਉਹਨੇ ਮੈਨੂੰ ਕਬੱਡੀ 'ਚ ਲਾਇਆ। ਫੁੱਟਬਾਲ ਛੱਡ ਕੇ ਫਿਰ ਤੁਹਾਨੂੰ ਵਧੀਆ ਹੋ ਗਿਆ? ਹਾਂ, ਫਿਰ ਮੈਂ ਕਿਹੜੇ ਸਾਲ ਦੀ ਗੱਲ ਹੈ ਵੀਰੇ ਇਹ 2005 ਦੀ। ਕਿਹੜਾ ਭਜਨ ਖੇਡਿਆ ਸੀ ਪਹਿਲੀਆਂ ਦੇ ਵਿੱਚ? ਪਹਿਲੀਆਂ ਦੇ ਵਿੱਚ ਮੈਂ ਖੇਡਿਆ ਸੀਗਾ ਜੀ 38 ਕਿਲੋ ਕਾਲਗੜ। ਅਕਾਲਗੜ੍ਹ। ਹਾਂ। ਫਿਰ ਕਿਵੇਂ ਰਿਹਾ ਉੱਥੇ ਪ੍ਰਦਰਸ਼ਨ? ਉੱਥੇ ਉਦੋਂ ਕੋਈ ਪਤਾ ਨਹੀਂ ਸੀ ਇੰਨਾ ਟੂਰਨਾਮੈਂਟਾਂ ਦਾ ਵੀ ਇਉਂ ਹੁੰਦੇ ਆ, ਅਤੇ ਊਂ ਉਲਝੇ ਜਿਹੇ ਰਹੇ ਵੀ ਪਤਾ ਨਹੀਂ ਲੱਗਿਆ ਵੀ ਹਾਂ ਇਉਂ ਮੈਚ ਖੇਡਣੇ, ਹੌਲੀ ਹੌਲੀ ਬੰਦੇ ਨੂੰ ਪਤਾ ਲੱਗਦਾ। ਠੀਕ ਹੈ, ਮਤਲਬ ਕਿ ਵਿੱਚੋਂ ਗਏ ਸੀ ਫੁੱਟਬਾਲ ਛੱਡ ਕੇ ਨਾ? ਹਾਂ, ਫੁੱਟਬਾਲ ਇਉਂ ਪਤਾ ਨਹੀਂ ਲੱਗਿਆ ਵੀ ਟੂਰਨਾਮੈਂਟ ਵੀ ਹਾਂ ਕਬੱਡੀ ਦੇ ਵੀ ਇਉਂ ਹੁੰਦੇ ਜਾਂ ਇਉਂ 65 ਹੁੰਦੇ ਜਾਂ ਉਂ ਖੇਡਣਾ ਹੁੰਦਾ, ਕੋਈ ਇੰਨਾ ਜ਼ਿਆਦਾ ਪਤਾ ਨਹੀਂ ਸੀ। ਮਤਲਬ ਕਿ ਰੂਲਾਂ ਬਾਰੇ ਨਹੀਂ ਸੀ ਪਤਾ? ਹਾਂ, ਕੋਈ ਇੰਨਾ ਰੂਲਾਂ ਬਾਰੇ ਨਹੀਂ ਪਤਾ, ਨਵੇਂ ਸੀ, ਅਣਜਾਣ ਸੀ। ਫਿਰ ਵੀਰੇ, ਕਿਹੜੇ ਕਿਹੜੇ ਵਜਨ ਖੇਡਦੇ ਹੋ ਤੁਸੀਂ ਅੱਜ ਓਪਨ ਦੇ ਵਿੱਚ ਪਹੁੰਚੇ ਹੋ? ਵਜਨ ਵੀਰੇ ਅਸੀਂ ਸਾਰੇ ਖੇਡਣ ਤਕਰੀਬਨ ਮੈਂ 40, 48, 52, 57, 62, 65, 70, 75 ਸਾਰੇ ਵਜਨ ਖੇਡਿਆ। ਕਿਹੜੇ ਵਜਨ ਦੇ ਵਿੱਚ ਤੁਹਾਡੀ ਵੱਧ ਚੜ੍ਹਤ ਰਹੀ ਹੈ ਵੀ ਆਹ ਵਜਨ ਦੇ ਵਿੱਚ ਸੰਦੀਪ ਹੋਣ ਲੱਗੇ? ਸੰਦੀਪ ਵਜਨ 48 ਕਿਲੋ ਜਦੋਂ ਮੈਂ ਖੇਡਣ ਲੱਗਿਆ, 48 ਤੋਂ ਪਹਿਲਾਂ ਤਾਂ ਮੈਂ ਠੀਕ ਹੀ ਸੀ, ਇੰਨਾ ਹੈ ਨਹੀਂ ਸੀਗਾ। 48 ਕਿਲੋ ਮੈਂ ਭਲਾਈਆਂ 'ਚ ਖੇਡਿਆ, ਲਾਲੀ ਵਰਗਿਆ ਨਾ, 48 'ਚ ਵਧੀਆ ਮੈਚ ਜਿੱਤੇ ਅਸੀਂ, ਵੀ ਇੰਨੇ ਜ਼ਿਆਦਾ ਵੀ ਨਹੀਂ ਜਿੱਤੇ ਅਤੇ ਇੰਨੇ ਘੱਟ ਵੀ ਨਹੀਂ ਜਿੱਤੇ, ਅੱਧ ਵਿਚਾਲੇ ਜੇ ਜਿੱਤੇ ਮੈਚ। ਫਿਰ 52, 57, 55 ਗਾਂਹ ਅਸੀਂ ਦੋਨੇ ਖੇਡਣ ਲੱਗ ਗਏ। ਠੀਕ ਹੈ। ਫਿਰ 57, 62 ਅਤੇ 75 ਫਿਰ ਤਾਂ ਅਸੀਂ ਇਹ 3 ਵਜਨ ਤਾਂ ਅਸੀਂ ਪੂਰੇ ਸ਼ੱਕੀ ਕੀਤੇ ਹੈ ਨਾ, ਇਹਨਾਂ 'ਚ ਵਧੀਆ ਮੈਚ ਜਿੱਤੇ ਪੂਰੇ। ਵੀਰੇ, 75 ਕਿਲੋ ਦੇ ਵਿੱਚ ਤੁਹਾਡਾ ਕਾਫੀ ਨਾਮ ਰਿਹਾ ਹੈ ਨਾ? ਹਾਂਜੀ। ਜਦੋਂ ਤੁਸੀਂ ਮਤਲਬ ਕਿ ਜੇ ਦੇਖਿਆ ਵੀ ਸਾਡੇ ਏਰੀਏ 'ਚ ਮਾਨਸਾ ਬਠਿੰਡਾ ਦੇ ਵਿੱਚ 75 ਕਿਲੋ ਦੇ ਵਿੱਚ ਤੁਸੀਂ ਚਰਚਾ 'ਚ ਆਏ ਸੀ ਵੀ ਦੋਦੇ ਦਾ ਸੰਦੀਪ ਅਤੇ ਘੋੜਾ ਭਰਾ ਨਹੀਂ ਤੂੰ, ਉਹ ਵਜਨ 'ਤੇ ਤੁਸੀਂ ਕਿੰਨੇ ਕੁ ਮੈਚ ਜਿੱਤੇ ਲਗਭਗ? 75 ਕਿਲੋ ਤਾਂ ਇਉਂ ਹੁੰਦਾ ਸੀਗਾ ਬਈ ਸਾਨੂੰ ਆਪਦੇ ਆਪ ਨੂੰ ਲੱਗਦਾ ਵੀ ਜਿੱਥੇ ਜਾਵੜੇ ਅਸੀਂ ਜਿੱਤਾਂਗੇ, ਵੀ ਇਹੋ ਜਿਹੀ ਕੋਈ ਟੀਮ ਨਹੀਂ ਹੁੰਦੀ। ਸਾਡਾ ਰਾਈ ਜਿਹੜਾ ਮੈਚ ਬਹੁਤ ਵਧੀਆ ਲੱਗਦਾ ਹੁੰਦਾ ਸੀ, ਕਾਂਤੀ ਵਰਗੇ ਹੁੰਦੇ ਸੀ, ਪਿੰਦਰੇ ਵਰਗੇ ਹੁੰਦੇ ਸੀ, ਕਿਤੇ ਮੈਂ ਸਾਨੂੰ ਹਰਾ ਜਾਂਦੇ ਸੀ, ਪਰ ਜ਼ਿਆਦਾਤਰ ਮੈਚ ਅਸੀਂ ਜਿੱਤੇ ਹੀ ਆ 75 ਦੇ, ਵੀ ਕਿਉਂ ਉਹ ਨਹੀਂ ਵੀ ਹੁੰਦਾ ਸੀ ਵੀ ਹਾਂ ਵੀ ਉੱਥੇ ਹਰ ਗਏ ਮੈਚ ਜਾਂ ਉੱਥੇ, ਵੀ ਤਕਰੀਬਨ ਜਿੱਤ ਹੀ ਹੁੰਦੀ 75 'ਚ। ਬੜੇ ਤਕੜੇ ਭੈਣੀ ਦੀ ਟੀਮ ਹੁੰਦੀ ਸੀ, ਗੋਰੇ ਵਰਗੇ ਹੁੰਦੇ ਸੀ, ਨਾਲ ਇਹਨਾਂ ਨਾਲ ਖੇਡਦੇ ਮੈਚ, ਇਹਨਾਂ ਨਾਲ ਜ਼ਿਆਦਾ ਮੈਚ ਖੇਡਿਆ, ਇਹ ਸਾਡੇ ਵਾਲਾ ਬੇਲੀ ਜ਼ਿਆਦਾ ਖੇਡਿਆ ਥੋੜ੍ਹਾ ਜਿਹਾ ਇਹਨਾਂ ਨਾਲ, ਮੈਂ ਵੀ ਖੇਡਿਆ ਹਾਂ ਮੈਚ ਇਹਨਾਂ ਨਾਲ, ਅਤੇ ਪਰ ਇਹ ਥੋੜ੍ਹੇ ਜ਼ਿਆਦਾ ਖੇਡਿਆ। ਮੈਂ ਉਦੋਂ ਅੱਡੋ ਅੱਡ ਟੀਮਾਂ ਜਿਵੇਂ ਮਾਣੂ ਕਿਆਂ 'ਚ ਹੋ ਗਏ ਮੈਚ, ਅੱਡੋ ਅੱਡ 75 ਦੇ ਮੈਚ ਲਵਾਉਂਦਾ ਹੁੰਦਾ ਸੀ, ਪਰ 75 'ਚ ਵਧੀਆ ਖੇਡੇ ਪੂਰੇ ਹੀ ਅਸੀਂ। ਮਤਲਬ ਕਿ 75 'ਚ ਦਿਲ 'ਚ ਕੋਈ ਐਂ ਨਹੀਂ ਹੁੰਦਾ ਸੀ ਵੀਰੇ ਹਰਾਂਗੇ? ਨਾ ਨਾ, ਕਿਤੇ ਮਨ ਨਹੀਂ ਹੁੰਦਾ ਸੀ, ਜਿੱਥੇ ਜਾਣਾ ਵਾ ਜਿੱਤ ਜਿੱਤਣਾ ਹੀ। ਹਾਂ ਵੀਰੇ, ਇੱਕ ਗੱਲ ਹੈ ਨਾ, ਤੁਸੀਂ 75 ਕਿਲੋ ਦੇ ਮੈਚ ਕਾਫੀ ਜ਼ਿਆਦਾ ਜਿੱਤੇ, ਪਰ ਪਿੰਡ ਦੀ ਟੀਮ ਵੱਲੋਂ ਤੁਸੀਂ ਕਦੇ ਖੇਡਦੇ ਨਹੀਂ ਦੇਖੇ? ਹਾਂ, 75 'ਚ ਅਸੀਂ ਪਿੰਡ ਦੀ ਟੀਮ ਨੂੰ ਆਪਦੇ ਪਿੰਡ ਸਾਡੇ ਟੂਰਨਾਮੈਂਟ ਨੂੰ ਉੱਥੇ ਪਿੰਡ ਦੀ ਟੀਮ ਨੂੰ ਖੇਡਦੇ ਹੁੰਦੇ ਸੀ, ਨਹੀਂ 75 'ਚ ਅਸੀਂ ਸਾਡੇ ਉਹਨਾਂ ਨਾਲ ਪਰ ਲੋਟ ਆਇਆ ਗਿਆ ਸੀ ਕੰਮ, ਜਿਵੇਂ ਟੀਮ 'ਚ ਬੰਦੇ ਉਵੇਂ ਚੱਲ ਪਏ, ਟੀਮ ਚੱਲ ਪਏ ਹੈ ਨਾ, ਭੈਣ ਦੀ ਟੀਮ ਚੱਲੀ ਵੀ ਸੀ, ਉਹ ਦੋਨੇ ਖੇਡਦੇ ਹੀ ਅਸੀਂ। ਫਿਰ ਇਉਂ ਕਰਕੇ ਤਾਂ ਕਰਕੇ ਉਦੋਂ ਸਾਡੇ ਪਿੰਡ ਦੇ ਮੁੰਡੇ ਵੀ ਹਜੇ ਇੰਨੇ ਹੈ ਨਹੀਂ ਸੀਗੇ ਵੀ ਅਸੀਂ ਆਪਦੇ ਪਿੰਡ ਦੀ ਟੀਮ ਬਣਾ ਲੈਂਦੇ। ਉਦੋਂ ਬਾਅਦ ਫਿਰ ਰੁਪਿੰਦਰ ਉੱਠ ਖੜਿਆ, ਚੱਲ ਉਹ ਗਾਂਹ ਦੀ ਗਾਂਹ ਫਿਰ ਸੈੱਟ ਆ ਗਿਆ ਕੰਮ, ਉਦੋਂ ਸੀ 75 'ਚ ਦੋਨੇ ਹੀ ਹੁੰਦੇ ਸੀ, ਪਰ ਤਾਂ ਕਰਕੇ ਸਾਨੂੰ ਹੋਰਾਂ ਟੀਮਾਂ ਹੀ ਖੇਡਣਾ ਪੈਂਦਾ ਸੀ। ਅਤੇ ਫਿਰ ਰੁਪਿੰਦਰ ਕਿਹੜੇ ਸਾਲ ਦੇ ਵਿੱਚ ਆਇਆ ਤੁਹਾਡੇ ਨਾਲ? ਰੁਪਿੰਦਰ ਉਦੋਂ ਜਦੋਂ ਅਸੀਂ 75 ਖੇਡਦੇ ਉਦੋਂ ਰੁਪਿੰਦਰ ਛੋਟੇ ਹੀ ਖੇਡਦਾ ਹੁੰਦਾ ਸੀ। ਠੀਕ ਹੈ। ਉਦੋਂ ਇਹ ਮੇਰੇ ਹਿਸਾਬ ਨਾਲ 55, 55, 60, 62 ਇੱਥੇ ਖੇਡਦਾ ਹੁੰਦਾ ਸੀ। ਫਿਰ ਜਦੋਂ ਅਸੀਂ ਓਪਨ 'ਚ ਆ ਗਏ ਉਦੋਂ ਰੁਪਿੰਦਰ 75 'ਚ ਆਇਆ। ਠੀਕ ਹੈ। ਉਦੋਂ ਅਸੀਂ ਮੈਂ ਓਪਨ ਖੇਡਣ ਲੱਗ ਪਿਆ ਸੀ, ਸਾਡੇ ਵਾਲਾ ਮੇਰੇ ਤੋਂ ਬਾਅਦ 'ਚ ਆਇਆ, ਇੱਕ ਸਾਲ ਓਪਨ ਖੇਡਣ ਲੱਗਿਆ, ਅਤੇ ਫਿਰ ਹੌਲੀ ਹੌਲੀ ਇਹ ਨਾਂ ਰਲ ਗਿਆ ਸਾਡੇ, ਅਸੀਂ ਉਦੋਂ ਵੇਟ ਛੱਡ ਗਏ ਜਦੋਂ ਰੁਪਿੰਦਰ 75 'ਚ ਆਇਆ। ਤੁਸੀਂ ਫਿਰ 75 ਦੇ ਵੀ ਜਿੱਤੇ ਨਾ, ਓਪਨ ਕਿਹੜੇ ਸਾਲ ਦੇ ਵਿੱਚ ਆਏ ਹੋ ਬਾਈ ਫਿਰ 75 ਛੱਡ ਕੇ?
ਓਪਨ ਮੈਂ 11-12 'ਚ ਲੱਗ ਗਿਆ 75 ਦੇ ਨਾਲ ਨਾਲ ਹੀ ਖੇਡਣ। ਪਹਿਲਾ ਮੈਚ ਮੈਂ ਖੇਡਿਆ ਨਥੇਹੇ ਠੀਕ ਹੈ। ਓਪਨ ਦਾ, ਅਸੀਂ ਦੜਬਿਓਂ ਖੇਡ ਕੇ ਆਏ ਸੀ ਅਤੇ ਦੜਬਿਓਂ ਖੇਡ ਕੇ 75 ਮੈਂ ਅਤੇ ਗੁਰਾ ਦੋਨੇ ਸੀ ਭੈਣੀ ਵਾਲਾ, ਉਹ ਦੜਬੇ ਉਹਨਾਂ ਦੇ ਪਿੰਡ 'ਚ ਖੇਡਦੇ ਸੀਗੇ। ਠੀਕ ਹੈ ਮੇਰੇ ਨਾਲ ਉੱਥੇ ਬਣੀ ਹੋਈ ਸੀ ਟੀਮ, ਢਡੂਲੀ ਦੀ ਸੀ ਜਾਂ ਪਤਾ ਨਹੀਂ ਇਹੋ ਜਿਹੀ ਟੀਮ ਸੀ, ਉਹਨਾਂ ਹੀ ਖੇਡਦੇ ਸੀ, ਮੈਨੂੰ ਚੇਤੇ ਨਹੀਂ ਚੰਗੀ ਤਰ੍ਹਾਂ। ਉੱਥੇ ਆ ਕੇ ਅਸੀਂ ਇਹਦੇ ਪਿੰਡ ਖੇਡੇ ਦੀਪ ਦੇ ਨਥੇਹੇ, ਠੀਕ ਹੈ। ਅਤੇ ਨਥੇਹੇ 75 ਖੇਡੇ ਸੀ ਭੈਣੀ 'ਚ, ਅਤੇ ਓਪਨ ਦਾ ਮੈਚ ਖੇਡਿਆ ਮੈਂ ਫੱਕਰ ਝੰਡੇ 'ਚ, ਪਹਿਲਾ ਮੈਚ ਸੀ ਉਹ ਮੇਰਾ ਓਪਨ ਦਾ। ਫਿਰ ਉਦੋਂ ਬਾਅਦ ਮੈਂ ਹੌਲੀ 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 ਜਿਵੇਂ ਮੈਨੂੰ ਪਤਾ ਲੱਗਿਆ ਵੀ ਓਪਨ 'ਚ ਵਧੀਆ ਖੇਡਦੇ ਹਾਂ, ਫਿਰ ਮੈਂ 75 ਜਮਾਂ ਹੀ ਛੱਡਤੀ ਔਰ ਓਪਨ ਦੇ ਮੈਚ ਹੀ ਖੇਡਣ ਲੱਗ ਗਿਆ। ਬਈ ਨਾ ਇੱਕ ਗੱਲ ਹੈ, ਜਦੋਂ ਬੰਦਾ 75 ਕੋਈ ਵੀ ਵਜਨੀ ਕਬੱਡੀ ਤਕੜੀ ਖੇਡਦਾ ਨਾ, ਉਸ ਹਾਂ ਤੋਂ ਬਾਅਦ ਆਪਾਂ ਕਰਨ ਨੂੰ ਬਹੁਤ ਔਖਾ ਹੁੰਦਾ, ਕਿਉਂਕਿ ਇੱਕ ਤਰ੍ਹਾਂ ਦਾ ਲਾਲਚ ਪਿਆ ਹੁੰਦਾ ਯਾਰ ਵੀ ਜਿੱਤੀ ਜਾਂਦੇ ਜਿੱਤੀ ਜਾਂਦੇ, ਖੜਦਾ ਬੰਦਾ ਉੱਥੇ। ਤੇ ਫਿਰ ਤੁਹਾਨੂੰ ਛੱਡਣ ਵੇਲੇ ਲੱਗਿਆ ਨਹੀਂ ਵੀ ਯਾਰ ਵੀ ਆਪਾਂ ਤਾਂ ਹਾਂ ਥੋੜ੍ਹਾ ਇੱਥੇ ਵੀ ਖੇਡੀ ਨਾ? ਇਉਂ ਨਹੀਂ ਯਾਰ ਮੈਨੂੰ ਲੱਗਿਆ, ਮੈਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਹਾਂ ਮੈਂ 75 'ਚੋਂ, ਹੁਣ ਮੈਨੂੰ ਮੈਂ 2 ਸਾਲ ਖੇਡਿਆ 75, 2-2.5 ਸਾਲ, ਅਤੇ ਜਦੋਂ ਮੈਂ ਓਪਨ 'ਚ ਆਇਆ ਮੈਨੂੰ ਵਧੀਆ ਲੱਗਿਆ ਵੀ, ਕਿਉਂਕਿ ਮੈਨੂੰ 75 'ਚੋਂ ਸੌਖੀ ਲੱਗਦੀ ਸੀ ਓਪਨ 'ਚ ਕਬੱਡੀ ਪਾਉਣੀ, ਕਿਉਂਕਿ ਜਾਫੀ ਵੱਡੇ ਹੁੰਦੇ ਓਪਨ ਦੇ, ਮੈਂ ਉਹ ਟਾਈਮ ਤੇਜ਼ ਸੀ ਹੈ ਨਾ, ਮੈਨੂੰ ਵਧੀਆ ਲੱਗਦਾ ਸੀ ਵੀ ਹਾਂ। ਇਉਂ ਮੈਨੂੰ ਮਹਿਸੂਸ ਨਹੀਂ ਹੋਇਆ ਵੀ ਹਾਂ ਵੀ ਮੈਂ ਜਿੱਦੇ ਜਿੱਦੇ ਵੀ ਹਾਂ ਆਪਾਂ ਓਪਨ 'ਚ ਆ ਗਏ। ਇੱਕ ਸਾਲ ਤਾਂ ਹਰਿਆ ਮੈਂ ਓਪਨ ਦੇ ਸਾਰੇ ਮੈਚ ਹੀ, ਵਧੀਆ ਟੀਮਾਂ ਹੀ ਖੇਡ ਜਾਂਦੇ ਹੂੰ, ਮੈਂ ਜਿੱਤ ਵੀ ਜਾਂਦੇ ਸੀ, ਅਤੇ ਪਰ ਉਹ ਮੈਨੂੰ ਔਖਾ ਨਹੀਂ ਲੱਗਿਆ ਜ਼ਿਆਦਾ। ਮਤਲਬ ਕਿ 75 'ਚ ਆਸਾਨ ਹੀ ਲੱਗਿਆ ਵੀ ਕੰਮ, ਕੋਈ ਏਡਾ ਹੋਣੀ? ਹਾਂ, ਕੋਈ ਇੰਨਾ ਜ਼ਿਆਦਾ ਨਹੀਂ ਲੱਗਿਆ ਵੀ ਔਖਾ ਨਹੀਂ ਲੱਗਿਆ। ਉਹ ਬੰਦੇ ਦੇ ਦਿਮਾਗ 'ਤੇ ਹੁੰਦਾ ਜਿਹੜਾ ਔਖਾ ਸੋਚਦਾ ਵੀ ਉਹਨੂੰ ਔਖਾ ਲੱਗਦਾ, ਜਿਹੜਾ ਨਾ ਸੋਚਦਾ ਵੀ ਉਹਨੂੰ ਕੋਈ ਔਖਾ ਨਹੀਂ। ਬਈ ਫਿਰ ਤੁਸੀਂ ਉਸਤਾਦ ਕਿਹਨੂੰ ਮੰਨਿਆ ਆਪਣਾ? ਉਸਤਾਦ ਵੀਰੇ ਮੇਰਾ ਕਰਮਜੀਤ ਸਿੰਘ ਬੋਟਾ, ਸਾਡੇ ਪਿੰਡ ਦੇ ਹੀ ਆ ਉਹ ਪਹਿਲਾਂ ਆਪ ਕਬੱਡੀ ਖੇਡਦੇ ਰਹੇ ਆ, ਉਹਨਾਂ ਨੇ ਸਾਨੂੰ ਮਿਹਨਤ ਲਵਾਈ ਅਤੇ ਉਹੀ ਆਪਣੇ ਉਸਤਾਦ ਆ। ਇੱਕ ਤੁਹਾਡਾ ਕਬੱਡੀ ਦੇ ਵਿੱਚ ਜਦੋਂ ਵੀ ਤੁਸੀਂ ਜਾਂਦੇ ਹੋ ਨਾ, ਤੁਹਾਡੇ ਦਾਦਾ ਜੀ ਦਾ ਨਾਂ ਜ਼ਰੂਰ ਲੈਂਦੇ ਆ, ਬਾਬਾ ਨੇਕੀ ਦੇ ਪੋਤੇ। ਹਾਂਜੀ, ਉਹਨਾਂ ਦੇ ਬਾਰੇ ਥੋੜ੍ਹਾ ਦੱਸੋਗੇ? ਉਹ ਅਸਲ ਵਿੱਚ ਮੇਰਾ ਦਾਦਾ ਜੀ ਨਹੀਂ ਸੀਗੇ, ਉਹ ਮੇਰੇ ਪੜਦਾਦੇ ਦੇ ਭਰਾ ਸੀ। ਠੀਕ ਹੈ। ਉਹ ਸਾਡੀ ਸਾਡੀ ਪੀੜ੍ਹੀ 'ਚੋਂ ਹੀ ਸੀ, ਸਾਡੀ ਪੱਤੀ 'ਚੋਂ ਹੀ ਸੀ ਹੈ ਨਾ, ਠੀਕ ਹੈ। ਅਤੇ ਉਹ ਲੈ ਥੋੜ੍ਹਾ ਤਾਂ ਨਾਂ ਲੈ ਦਿੰਦੇ ਉਹਨਾਂ ਦਾ ਨਾਲ ਵੀ ਕੌਡੀ, ਉਹਨਾਂ ਤੋਂ ਬਾਅਦ ਅਸੀਂ ਖੇਡਣ ਲੱਗੇ ਹਾਂ ਵੀ ਸਾਡੇ ਹੋਰ ਕੋਈ ਨਾ ਮੇਰੇ ਡੈਡੀ ਵਰਗੇ ਖੇਡੇ, ਨਾ ਮੇਰੇ ਦਾਦੇ ਵਰਗੇ, ਨਾ ਮੇਰੇ ਪੜਦਾਦੇ ਵਰਗੇ। ਠੀਕ ਹੈ। ਉਹ ਨਾ ਉਹਨਾਂ ਦਾ ਤਾਂ ਨਾਲ ਜੋੜ ਦਿੰਦੇ ਆ ਵੀ ਉਹਦਾ ਉਹਨਾਂ ਦੇ ਪੋਤੇ ਹੈ, ਕਿਉਂਕਿ ਉਦੋਂ ਤੋਂ ਸਾਡੇ ਪਿੰਡ 'ਚੋਂ ਕਬੱਡੀ ਮੁੱਕੀ ਅਤੇ ਹੁਣ ਸਟਾਰਟਿੰਗ ਅਸੀਂ ਕੀਤੀ ਆ ਕਬੱਡੀ ਦੀ। ਮਤਲਬ ਕਿ ਬਾਬੇ ਨੇਕੀ ਦੇ ਪੋਤੇ ਤਾਂ ਹੀ ਕਹਿ ਦਿੰਦੇ? ਹਾਂ, ਉਹ ਤਾਂ ਕਹਿ ਦਿੰਦੇ ਆ, ਨਾਂ ਲਾ ਦਿੰਦੇ ਨਾਂ। ਬਾਈ ਫਿਰ ਪਸੰਦੀਦਾ ਰੇਡਰ ਕਿਹਨੂੰ ਮੰਨਦੇ ਤੁਸੀਂ? ਪਸੰਦੀਦਾ ਰੇਡਰ ਮੇਰਾ ਬਾਈ ਦੁੱਲਾ ਬੱਗਿਆਂ ਵਾਲਾ। ਉਹਦੀ ਕੋਈ ਖਾਸੀਅਤ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ? ਬਸ ਖਾਸੀਅਤ ਉਹਦੀ ਦਲੇਰੀ ਵਧੀਆ ਲੱਗਦੀ ਆ। ਦਲੇਰ ਰੇਡਰ ਹੈ? ਹਾਂ। ਉਹਦੇ ਮੂਹਰੇ ਕੋਈ ਜਾਫੀ ਹੋਵੇ ਉਹਨੂੰ ਇਹ ਨਹੀਂ ਵੀ ਆਹ ਜਾਫੀ ਵੱਡਾ ਉਹ, ਜਾਫੀ ਹਾਂ ਜਿਹੜੀ ਦਲੇਰੀ ਆ ਉਹਦੀ ਬਸ ਉਹੀ ਵਧੀਆ ਲੱਗਦੀ ਆ, ਆਹੀ ਖਾਸੀਅਤ ਆ ਉਹ 'ਚ। ਜਾਫੀ ਕਿਹੜਾ ਵਧੀਆ ਲੱਗਦਾ ਬਾਈ? ਜਾਫੀ ਸੀਰਾ ਪਿੱਥੋਂ। ਸੀਰਾ ਪਿੱਥੋਂ, ਜੱਟ ਜਾਫੀ? ਹਾਂ, ਜੱਟ ਜਾਫੀ। ਸੀਰੇ ਪਿੱਥੋਂ ਬਾਰੇ ਕੀ ਕਹਿਣਾ ਚਾਹੋਗੇ? ਸੀਰਾ ਪਿੱਥੋਂ ਤਾਂ ਯਾਰ ਹੁਣ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਨਾ ਵੀ ਕਿਹੋ ਜਿਹਾ ਬੰਦਾ, ਇਨਸਾਨ ਵੀ ਵਧੀਆ ਅਤੇ ਸਾਰੇ ਪਾਸੋਂ ਹੀ ਗੁੱਡ ਆ ਯਾਰ ਉਹ ਬੰਦਾ, ਅਤੇ ਬਾਕੀ ਊਂ ਆਪਣੇ ਨਾਲ ਵੀ ਵਧੀਆ ਬਾਈ ਵਰਗਿਆਂ ਦੀ, ਮਿਲਦੇ ਜੁਲਦੇ ਆ, ਮਾਣ ਕਰਦੇ ਆ ਵੀ ਹਾਂ ਬੰਦੇ ਖੇਡਦੇ ਆ ਇਹ। ਉਦੋਂ ਬਾਈ ਜਦੋਂ ਅਸੀਂ ਖੇਡਣ ਲੱਗੇ ਲੱਗੇ ਸੀ ਉਦੋਂ ਇਹ ਬਾਈ ਸੀਰੀਅਰ ਕੇ ਬਾਹਲੇ ਤਕੜੇ ਹੁੰਦੇ ਸੀ, ਸਾਡੇ ਪਿੰਡ ਆਏ ਸੀ ਮੈਚ ਖੇਡਣ ਇਹ। ਠੀਕ ਹੈ। ਵੀ ਜਿਹਨੂੰ ਕਹਿੰਦੇ ਨਾ ਬੰਨ ਨਜਾਇਜ਼ ਤਕੜੇ, ਜਿਵੇਂ ਅੱਜ ਫਰਿਆਦ ਅਰਗੇ ਆ, ਇੰਦਰਜੀਤ ਅਰਗੇ ਆ, ਉਹਨਾਂ ਟਾਈਮਾਂ 'ਤੇ ਓਂ ਸੀਗੇ ਇਹ, ਅਤੇ ਉਦੋਂ ਅਸੀਂ ਪਾਸੇ ਖੜ ਕੇ ਵੇਖਿਆ ਸੀ, ਨੇੜੇ ਨਹੀਂ ਗਏ ਕਿਉਂਕਿ ਜਵਾਬ ਹੁੰਦਾ ਆਉਣ ਦਾ ਵੀ ਕੀ ਪਤਾ ਹੋਣਾ ਵੀ ਕੀ ਬੋਲਣਾ ਹੈ ਨਾ ਬੰਦੇ ਨੇ। ਠੀਕ ਹੈ। ਅਤੇ ਬਸ ਇਉਂ ਜੱਜ ਹੀ ਜਾਂਦਾ ਜੱਜ ਹੀ ਗਿਆ ਬੰਦਾ ਮਨ ਨੂੰ ਵੀ ਹਾਂ ਵੀ ਇਹੀ ਆ ਬੰਦਾ ਜਾਫੀ, ਇੱਦਾਂ ਨਹੀਂ ਉਹ ਫੇਵਰਟ ਜਾਫੀ ਆਪਣਾ ਉਹੀ ਆ ਸੀਰੇ। ਮਤਲਬ ਕਿ ਚਰਚੇ ਉਦੋਂ ਤੁਸੀਂ ਸੁਣਦੇ ਹੋਣੇ? ਹਾਂ, ਉਦੋਂ ਤੁਸੀਂ ਸਾਡੇ ਪਿੰਡ ਖੇਡਿਆ ਹੀ ਹੋ ਗਿਆ, ਉਹ ਗੱਲ ਨੂੰ ਮੇਰੇ ਨਾਲ 12-13 ਸਾਲ ਹੋ ਗਏ ਬਈ। ਸੀਰੇ ਦੀ ਇੱਕ ਗੱਲ ਹੈ ਨਾ, ਤੁਹਾਨੂੰ ਵੀ 12-13 ਸਾਲ ਹੋ ਗਏ ਦੇਖਦਿਆਂ ਨੂੰ। ਹਾਂ, ਜਿੱਦੇ ਦੇ ਦੇਖਦੇ ਆ ਸੀਰਾ ਪਿੱਥੋਂ ਦਾ, ਉਦੇ ਦਾ ਨਾਂ ਚੱਲਦਾ? ਨਾ ਤਾਂ ਇਹਦਾ ਉਦੋਂ ਵੀ ਪਹਿਲਾਂ ਦਾ ਚੱਲਦਾ, ਅਸੀਂ ਤਾਂ ਜਵਾਕ ਸੀ ਖੇਡਣ ਲੱਗੇ ਸੀਗੇ, ਚਲ ਇਹ ਤਾਂ ਨਾਂ ਤਾਂ ਬਾਹਲੇ ਟਾਈਮਾਂ 'ਚ ਬਾਹਟ ਬੂਟ 'ਚ ਇਹਨਾਂ ਨੇ ਕਿੰਨੀ ਜਿੱਤੀ ਇਹਨਾਂ ਨੇ ਹੈ ਨਾ, ਅਤੇ ਪਰ ਜਾਫੀ ਮੇਰੇ ਹਿਸਾਬ ਨਾਲ ਜਾਫੀ ਉਹਦੇ ਵਰਗਾ ਨਹੀਂ ਬਣਨਾ ਹੋਰ ਕੋਈ ਵੀ ਯਾਰ। ਸੀਰੇ ਪਿੱਥੋਂ ਦੇ 60 ਤੋਂ ਉੱਤੇ ਮੋਟਰਸਾਈਕਲ ਹੋ ਗਏ? ਹਾਂ, ਉਹਨਾਂ ਦਿਨਾਂ ਦੇ ਵਿੱਚ ਹੋ ਗਏ ਜਦੋਂ ਮਹੀਨੇ ਦੇ ਵਿੱਚ ਇੱਕ ਅੱਧਾ ਮੋਟਰਸਾਈਕਲ, ਇੱਕ ਅੱਧਾ ਮੋਟਰਸਾਈਕਲ ਆਉਂਦਾ ਸੀ। ਹਾਂਜੀ, ਜੇ ਬਈ ਤਗੜਾ ਸੀ ਤਾਂ ਹੀ ਹੋਇਆ ਨਾ? ਤਾਂ ਹੀ ਹੋਇਆ, ਤਾਂ ਹੀ ਹੋਇਆ ਵੀਰੇ। ਬਈ ਤੁਹਾਡੇ ਸਨਮਾਨ ਅੱਜ ਤੱਕ ਕੀ ਕੁਛ ਹੋਇਆ ਸੰਦੀਪ? ਸਨਮਾਨ ਮੇਰੇ ਹੁਣ ਮੈਨੂੰ ਚੰਗੀ ਤਰ੍ਹਾਂ ਤਾਂ ਚੇਤੇ ਨਹੀਂ ਗਾ ਬਾਈ, ਅਤੇ ਇਹਨਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਅਕੈਡਮੀ ਵਾਲੇ ਨੇ, ਕਾਲੇ ਸਾਰੰਗਪੁਰੀ ਵਾਲਿਆਂ ਨੇ ਇੱਕ ਮੋਟਰਸਾਈਕਲ ਸਨਮਾਨ ਕੀਤਾ, ਮੁੰਦਰੀਆਂ ਅਤੇ ਨਗਦ ਰਾਸ਼ੀ ਇਹ ਤਾਂ ਹੁਣ ਚੇਤੇ ਨਹੀਂ ਵੀ ਕਿੰਨੀਆਂ ਕੁ ਦੇਤੀਆਂ ਹੈ ਨਾ। ਠੀਕ ਹੈ ਬਾਈ। ਅਤੇ ਸਭ ਤੋਂ ਵੱਡਾ ਸਨਮਾਨ ਮੇਰੇ ਹਿਸਾਬ ਨਾਲ ਹਜੇ ਤੱਕ ਕੋਈ ਨਹੀਂ ਹੋਇਆ। ਠੀਕ ਹੈ ਬਾਈ। ਹਾਂ ਵੀ ਇਹ ਮੋਟਰਸਾਈਕਲ ਆਹ ਮੁੰਦਰੀਆਂ ਮੰਦਰੀਆਂ ਇਹ ਤਾਂ ਬਹੁਤ ਹੋਇਆ, ਬਹੁਤ ਟੂਰਨਾਮੈਂਟ ਤੇ ਹੋਇਆ। ਜੇ ਦੇਖਿਆ ਜਾਵੇ ਨਾ ਜਿਵੇਂ ਤੁਹਾਡੀ ਗੇਮ ਹੈ, ਹਾਂ ਅੱਜ ਦੇ ਦਿਨ 'ਚ ਉਵੇਂ ਤੁਹਾਡਾ ਸਨਮਾਨ ਨਹੀਂ ਹੋਇਆ ਵੀ? ਹਾਂ, ਸਭ ਵੀ ਵੱਡਾ ਸਨਮਾਨ ਜਿਹਨੂੰ ਆਪਾਂ ਕਹਿ ਦਈਏ ਉਹ ਹਜੇ ਤੱਕ ਨਹੀਂ ਹੋਇਆ ਬਈ। ਤੁਸੀਂ ਜਿੱਤੇ ਹੋਏ ਨਾ
ਇਹ ਇਨਾਮ ਜਿੱਤਿਆ, ਬਹੁਤ ਜ਼ਿਆਦਾ ਨਕਦ ਰਾਸ਼ੀ ਆ, ਉਹਨੇ ਉਹ ਦਿਮਾਗ 'ਚ ਖਿਆਲ ਨਹੀਂ ਰਹਿੰਦਾ ਵੀ ਕਿੰਨੇ ਕੀ ਕੁਛ ਜਿੱਤੇ ਆ, ਹੈ ਨਾ, ਕਿਉਂਕਿ ਟਾਈਮ ਬਹੁਤ ਹੋਇਆ ਖੇਡਦੇ ਨੂੰ। ਹਾਂ ਹਾਂ ਬਾਈ, ਅਤੇ ਤਾਂ ਕਰਕੇ ਫਿਰ ਆਹ ਇਨਾਮ ਜਿਹੜੇ ਮੇਰੇ ਮੇਨ ਮੇਨ ਜਿੱਤੇ ਆ, ਵੀ ਇੱਕ ਗਨਾਰਿਆਂ ਤੋਂ ਘੋੜਾ ਸੀ, ਇੱਕ ਕੋਟ ਭਾਈ ਤੋਂ ਘੋੜਾ, ਦੋ ਘੋੜੇ ਜਿੱਤੇ ਆ, ਮੋਟਰਸਾਈਕਲ ਆ, ਅਤੇ ਆਹ ਨਕਦ ਰਾਸ਼ੀ ਆ, ਅਤੇ ਮੁੰਦਰੀਆਂ ਮਦਰੀਆਂ ਐਲ ਸੀਡੀਆਂ। ਮੋਟਰਸਾਈਕਲ ਬਾਈ ਕਿੰਨੇ ਕੁ ਧਿਆਨ 'ਚ ਹੈਗਾ? ਮੋਟਰਸਾਈਕਲ ਮੈਂ 17 ਮੋਟਰਸਾਈਕਲ ਜਿੱਤਿਆ ਹੁਣ ਤਾਈਂ ਅੱਜ ਤੱਕ। ਹਾਂ ਬਾਈ, ਇੱਕ ਨਾ ਤੁਹਾਨੂੰ ਐਲਾਨ ਹੋਇਆ ਪਿੱਛੇ ਸਵਰਾਜ ਟਰੈਕਟਰ ਦਾ, ਹਾਂਜੀ, ਉਹ ਕਿਹੜੇ ਪ੍ਰਮੋਟਰਾਂ ਨੇ ਦੇਣਾ ਗਾ? ਉਹ ਸਾਡੀ ਸਾਰੀ ਘੱਲ ਕਲਾਂ ਦੀ ਆਜ਼ਾਦ ਕਬੱਡੀ ਦੀ ਟੀਮ ਨੇ ਦੇਣਾ, ਵੀ ਜਿੰਨੇ ਆਜ਼ਾਦ ਕਬੱਡੀ ਘੱਲ ਕਲਾਂ ਦੇ ਪ੍ਰਮੋਟਰ ਆ, ਉਹ ਸਾਰੇ ਸਾਰਿਆਂ ਨੇ ਰਲ ਕੇ। ਤੁਹਾਨੂੰ ਲੱਗਦਾ ਵੀ ਕਬੱਡੀ ਦੇ ਵਿੱਚ ਅੱਜ ਤੱਕ ਤੁਹਾਡਾ ਸਭ ਤੋਂ ਵੱਡਾ ਸਨਮਾਨ ਕਹਿ ਸਕਦੇ ਆਪਾਂ? ਮੇਰੇ ਹਿਸਾਬ ਨਾਲ ਮੇਰਾ ਸਭ ਤੋਂ ਵੱਡਾ ਇਹੀ ਆ ਸਨਮਾਨ ਕਬੱਡੀ ਦੇ ਵਿੱਚ ਅੱਜ ਤੱਕ, ਕਿਉਂਕਿ ਜੇ ਦੇਖੀਏ ਅੱਜ ਤੱਕ ਸਵਰਾਜ ਟਰੈਕਟਰ ਮਤਲਬ ਕਿਸੇ ਨੂੰ ਮਿਲਿਆ ਨਹੀਂ ਹੁੰਦਾ, ਹੈ ਨਾ? ਨਹੀਂ, ਹਾਂ, ਉਹ ਮੇਰਾ ਵੀ ਉਹ ਨਾ, ਮੈਨੂੰ ਪਹਿਲਾਂ ਸੀਗਾ ਵੀ ਗੱਡੀ, ਮੈਨੂੰ ਕਈ ਬੰਦਿਆਂ ਨੇ ਕਿਹਾ ਵੀ ਗੱਡੀ ਲੈ ਤੂੰ, ਅਤੇ ਉਹ ਮੈਨੂੰ ਵੀ ਇਉਂ ਜਿਹਾ ਲੱਗਿਆ ਵੀ ਮੈਂ ਉਹ ਚੀਜ਼ ਲਵਾਂ ਵੀ ਜਿਹੜੀ ਕਿਸੇ ਨੂੰ ਨਾ ਪਹਿਲਾਂ ਦਿੱਤੀ ਹੋਵੇ, ਵੀ ਕੋਈ ਵੱਖਰੀ ਚੀਜ਼। ਅਤੇ ਇੱਕ ਜਿਹੜਾ ਮੈਂ ਸਵਰਾਜ ਟਰੈਕਟਰ ਉਹਨਾਂ ਨੂੰ ਕਿਹਾ, ਇਹ ਮੇਰਾ ਫੇਵਰੇਟ ਟਰੈਕਟਰ ਆ, ਅਤੇ ਤਾਂ ਕਰਕੇ ਉਹਨਾਂ ਨੂੰ ਮੈਂ ਕਿਹਾ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਉਦੋਂ ਹੋਰ ਉਂਝ ਲੱਗਿਆ ਵੀ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਹ ਚੀਜ਼ ਲੈਣੀ ਆ, ਅਤੇ ਪਰ ਉਹ ਫਿਰ ਮੈਂ ਉਹਦੇ ਦਿਲ ਦੀ ਦੱਸੀ ਉਹਨਾਂ ਨੂੰ, ਅਤੇ ਉਹ ਕਹਿੰਦੇ ਕੋਈ ਚੱਕਰ ਨਹੀਂ ਬਈ, ਜਿਹੜੀ ਚੀਜ਼ ਤੂੰ ਕਹਿਣਾ ਸਾਡੇ ਨਾਲ ਖੜਾ, ਤੂੰ ਅਸੀਂ ਵੀ ਤੇਰੇ ਨਾਲ ਖੜੇ ਹਾਂ, ਅਤੇ ਉਹ ਕਹਿੰਦੇ ਕੋਈ ਗੱਲ ਨਹੀਂ। ਬਾਕੀ ਬਾਈ ਤੁਸੀਂ ਟਰੈਕਟਰ ਮੰਗਿਆ ਹੈ ਨਾ, ਟਰੈਕਟਰ ਆਪਣੇ ਖੇਤੀਬਾੜੀ ਦਾ ਕੰਮ ਵੀ ਹੈਗਾ, ਹਾਂਜੀ, ਕੰਮ ਦੀ ਚੀਜ਼ ਵੀ ਹੈ ਅਤੇ ਸਨਮਾਨ ਵੀ ਵੱਖਰਾ ਹੋ ਗਿਆ। ਹਾਂ ਸਹੀ ਗੱਲ, ਬਾਕੀ ਪਸੰਦੀਦਾ ਟਰੈਕਟਰ ਆ ਗਿਆ, ਪਸੰਦੀਦਾ ਆ ਗਿਆ, ਹਾਂਜੀ। ਸੰਦੀਪ ਬਾਈ ਵਿਦੇਸ਼ੀ ਧਰਤੀ 'ਤੇ ਕਿੱਥੇ ਕਿੱਥੇ ਖੇਡੇ ਹੋ? ਵਿਦੇਸ਼ ਦੀ ਧਰਤੀ 'ਤੇ ਮੈਂ ਵੀਰੇ ਕਨੇਡਾ ਹੀ ਖੇਡਿਆ 5 ਵਾਰੀ, ਅਤੇ ਹੋਰ ਨਹੀਂ ਕਿਸੇ ਦੇਸ਼ ਖੇਡਿਆ। 2014 ਤੋਂ ਜਾਂਦਾ ਮੈਂ ਲਗਾਤਾਰ ਹੀ, 2015 ਦਾ ਗੈਪ ਪਿਆ ਸੀ, ਵਿੱਚ ਮੇਰੇ ਸੱਟ ਲੱਗ ਗਈ ਗੋਡੇ 'ਤੇ, ਅਤੇ ਉਹ ਹੁੰਦਾ ਬਸ ਕਨੇਡਾ ਹੀ ਜਾਂਦਾ। ਗੋਡੇ ਦੇ ਸੱਟ ਬਈ ਹੁਣ ਕਿਵੇਂ ਸੈੱਟ ਆ ਜਮਾਂ? ਹਾਂ ਹਾਂ ਠੀਕ ਆ, ਹੁਣ ਬਹੁਤ ਵਧੀਆ। ਬਈ ਪਿੰਡ ਪੱਧਰ 'ਤੇ ਕਿਹੜੀਆਂ ਟੀਮਾਂ ਦੇ ਵਿੱਚ ਜ਼ਿਆਦਾਤਰ ਖੇਡਣ ਤੁਸੀਂ, ਜਿਵੇਂ ਹੁਣ ਓਪਨ ਦੇ ਵਿੱਚ? ਪਿੰਡ ਪੱਧਰ 'ਤੇ ਅੱਡੋ ਅੱਡ ਟੀਮਾਂ ਨਾਲ ਖੇਡ ਲੈਂਦੇ ਹਾਂ, ਜ਼ਿਆਦਾਤਰ ਤਾਂ ਹੁਣ ਪਿੰਡ ਦੀ ਬਣਾਉਂਦੇ ਹਾਂ, ਕਈ ਵਾਰੀ ਕਿਸੇ ਦੇ ਪਿੰਡ 'ਚ ਵੀ ਖੇਡਣਾ ਪੈਂਦਾ, ਉਵੇਂ ਖੇਡ ਲੈਂਦੇ ਹਾਂ, ਹੈ ਨਾ, ਅਤੇ ਉਹ ਆਪਣੇ ਬੰਦਿਆਂ ਦੇ ਥੋੜ੍ਹੀਆਂ ਜਿਹੀਆਂ ਸੱਟਾਂ ਲੱਗੀਆਂ ਸੀ, ਤਾਂ ਕਰਕੇ ਹੁਣ ਸਾਨੂੰ ਅੱਡੋ ਅੱਡ ਪਿੰਡਾਂ 'ਚ ਖੇਡਣਾ ਪਿਆ। ਹੁਣ ਬੰਦੇ ਠੀਕ ਆ ਆਪਣੇ, ਰੁਪਿੰਦਰ ਵੀ ਠੀਕ ਆ, ਇਹ ਵੀ ਠੀਕ ਆ, ਅਮਨਦੀਪ ਵੀ, ਅਤੇ ਹੁਣ ਪਿੰਡ ਦੀ ਬਣਾਉਂਦੇ ਹਾਂ ਟੀਮ। ਊਂ ਜ਼ਿਆਦਾਤਰ ਮੈਚ ਜੀ ਫੱਕਰ ਝੰਡੇ 'ਚ ਵੀ ਬਹੁਤ ਖੇਡਿਆ ਮੈਂ, ਮਾਣੂ ਗਿੱਲਾਂ 'ਚ ਵੀ ਖੇਡਿਆ, ਭਲੂਰ 'ਚ ਵੀ ਖੇਡਿਆ, ਬਾਂਦਰ ਡੂਡ 'ਚ ਵੀ ਖੇਡਿਆ, ਅੱਡੋ ਅੱਡ ਪਿੰਡਾਂ ਖੇਡਿਆ ਉਹਨਾਂ ਨੇ ਜਿੰਨੇ ਜਿਨ੍ਹਾਂ ਨੇ ਮੇਰੀ ਲਿਆ ਜਾ, ਮਤਲਬ ਜਿਨ੍ਹਾਂ ਨਾਲ ਦਿਲ ਤੋਂ ਹੈਗੀ ਹੈ। ਹਾਂ ਉਹਨਾਂ ਨੇ ਖੇਡਿਆ, ਮੈਂ ਉਹਨੂੰ ਖੇਡਿਆ ਵੀ ਅੱਜ ਅੱਜ ਬਾਂਦਰ ਡੂਡ 'ਚ ਖੇਡਿਆ, ਕੱਲ੍ਹ ਨੂੰ ਹੋਰ 'ਚ ਖੇਡਿਆ, ਕਿਤੇ ਉਵੇਂ ਨਹੀਂ ਖੇਡਿਆ ਵੀ, ਜਿੰਨਾ ਜਿੰਨਾ ਨਾੜੀ ਆ ਖੇਡਿਆ ਉਹਨਾਂ ਨੇ ਹੀ ਆ, ਅਤੇ ਖੇਡਿਆ ਬਹੁਤ ਆ। ਬਈ ਸਭ ਤੋਂ ਵੱਧ ਵਧੀਆ ਕਿਹੜੇ ਖਿਡਾਰੀ ਨਾਲ ਖੇਡਣਾ ਲੱਗਦਾ ਤੁਹਾਨੂੰ? ਵੀ ਆਹ ਖਿਡਾਰੀ ਨਾਲ ਖੇਡਾਂ ਤਾਂ ਦਿਲ ਨੂੰ ਤਸੱਲੀ ਜਾਂਦੀ ਵੀ ਹਾਂ ਵਧੀਆ। ਜਾਂ ਊਂ ਤਾਂ ਵੈਸੇ ਸਾਰੇ ਹੀ ਵਧੀਆ, ਠੀਕ ਹੈ, ਅਤੇ ਬਾਕੀ ਮੈਨੂੰ ਸਭ ਤੋਂ ਵੱਧ ਵਧੀਆ ਖੇਡਦਾ ਆਪਣੇ ਪਿੰਡ 'ਚ ਹੀ ਲੱਗਦਾ, ਵੀ ਮੈਂ ਆਪਣੇ ਪਿੰਡ 'ਚ ਹੀ ਖੇਡਣਾ ਆਪਣੇ ਬੰਦਿਆਂ ਨੇ, ਫਿਰ ਉਹ ਦਿਲ ਨੂੰ ਤਸੱਲੀ ਹੋ ਜਾਂਦੀ ਵੀ ਕੋਈ ਮੂਕ ਝੋਕ ਨਹੀਂ, ਠੀਕ ਹੈ, ਵੀ ਆਪਦੀ ਮਰਜ਼ੀ ਨਾਲ ਖੇਡਾਂ। ਪਿੰਡ ਦੇ ਹੁਣ ਕਿਹੜੇ ਕਿਹੜੇ ਪਲੇਅਰ ਹੋ ਤੁਸੀਂ ਜਿਹੜੇ ਖੇਡ ਰਹੇ ਹੋ ਬਾਈ? ਪਿੰਡ ਦੇ ਆਪਣੇ ਦੇ ਰੁਪਿੰਦਰ ਆਏ, ਅਮਨਦੀਪ ਆ, ਅਤੇ ਕਾਲਾ, ਅਤੇ ਬੋਤਲ ਆ ਇੱਕ, ਅਤੇ ਬਸ ਆਹੀ ਪਲੇਅਰ ਆ। ਬੋਤਲ ਲਵਲੀ ਨੂੰ ਬੋਤਲ? ਹਾਂ ਉਹ ਲਵਲੀ ਨੂੰ ਬੋਤਲ ਹੀ ਕਹਿੰਦੇ, ਮੈਂ ਤਾਂ ਬੋਤਲ ਹੀ ਕਹਿਣਾ, ਹੋਰ ਲਵਲੀ ਕਹਿਣ ਲੱਗ ਗਏ, ਮੈਂ ਤੁਹਾਨੂੰ ਬੋਤਲ ਹੀ ਕਹਿਣਾ, ਉਹਦਾ ਪਹਿਲਾਂ ਨਾਂ ਹੀ ਵਰਤਦੇ ਹਾਂ। ਪਿਆਰ ਦਾ ਨਾਂ ਜਿਹੜਾ? ਹਾਂ ਪਿਆਰ ਦਾ ਨਾਂ ਹੀ ਆ। ਠੀਕ ਹੈ ਬਾਈ। ਬਈ ਅਕੈਡਮੀਆਂ 'ਚ ਕਿਹੜੀਆਂ ਕਿਹੜੀਆਂ 'ਚ? ਅਕੈਡਮੀਆਂ 'ਚ ਬਾਈ ਆਪਾਂ ਘੱਲ ਕਲਾਂ 'ਚ ਖੇਡੇ ਹਾਂ, ਮੈਂ 2013 'ਚ ਲੱਗ ਗਿਆ ਹੀ ਖੇਡਣ ਇਹਨਾਂ 'ਚ, ਠੀਕ ਹੈ, ਅਤੇ ਉਦੋਂ ਦਾ ਇਸੇ ਅਕੈਡਮੀ 'ਚ ਖੇਡਦਾ, ਅਤੇ ਉਸੇ 'ਚ ਖੇਡਦੇ ਰਹਾਂਗੇ। ਪੱਕਾ ਹੀ ਆ ਵੀ ਬਸ ਹੁਣ ਪੱਕਾ, ਹੁਣ ਆਪਣਾ ਪਰਿਵਾਰ ਵਾਲਾ ਕੰਮ ਬਣਿਆ ਹੋਇਆ ਇਹਨਾਂ ਨਾਲ, ਹੈ ਨਾ, ਹੁਣ ਉਹ ਤਾਂ ਹੈ ਨਹੀਂ ਵੀ ਇੱਥੇ ਅੱਜ ਇਹ 'ਚ ਕੱਲ੍ਹ ਨੂੰ ਉਹ 'ਚ, ਹੁਣ ਇਹਨਾਂ ਨਾਲ ਪਰਿਵਾਰ ਵਾਲਾ ਕੰਮ ਆ ਆਪਣਾ, ਤਾਂ ਫਿਰ ਤੈਨੂੰ ਪਤਾ ਫਿਰ ਪਰਿਵਾਰ ਆਪਦਾ ਛੱਡਣਾ ਬਹੁਤ ਔਖਾ ਹੁੰਦਾ, ਹੈ ਨਾ, ਸਹੀ ਗੱਲ ਆ ਬਾਈ, ਅਤੇ ਫਿਰ ਇਹਨਾਂ 'ਚ ਖੇਡਾਂਗੇ ਜਿੰਨਾ ਟਾਈਮ ਖੇਡੇ, ਮਤਲਬ ਕਿ ਇਹਨਾਂ ਨਾਲ ਰਿਲੇਸ਼ਨ ਹੀ ਇੰਨੇ ਗੂੜੇ ਹੋ ਰਹੇ ਆ ਕਿ ਹਾਂ ਹੋਰ ਨਾ ਜਾਣ ਨੂੰ ਮਾਣੀ ਨਹੀਂ, ਨਾ ਕੋਈ ਮਨ ਨਹੀਂ ਹੋਰ ਨਾ, ਸਾਨੂੰ ਕੀਤਾ ਸੀ ਬਹੁਤ, ਕਿਹਾ ਬੰਦਿਆਂ ਨੇ ਵੀ ਤੁਸੀਂ ਖੇਡੋ ਸਾਡੇ ਨਹੀਂ, ਖੇਡੋ ਸਾਡੇ ਨਹੀਂ, ਖੇਡੋ ਤੁਹਾਨੂੰ ਪੈਸੇ ਦੇਵਾਂਗੇ ਇੰਨੇ, ਪਰ ਨਹੀਂ, ਸਾਡਾ ਪੈਸਿਆਂ ਦਾ ਨਹੀਂ ਉਹਨਾਂ ਜ਼ਰੂਰੀ ਹੁੰਦਾ ਜਿੰਨਾ ਦਿਲ ਤੋਂ ਬੰਦੇ ਨਾਲ ਆਉਂਦਾ, ਹੈ ਨਾ, ਹੁਣ ਇਹਨਾਂ ਨਾਲ ਦਿਲ ਤੋਂ ਜੁੜੇ ਪਏ ਆਪਾਂ, ਅਤੇ ਉਹ ਵਧੀਆ ਲੱਗਦਾ ਖੇਡ ਕੇ, ਵੀ ਉਹ ਕੋਈ ਆਪਾਂ ਨੂੰ ਚੱਕਰ ਹੀ ਨਹੀਂ ਖੇਡਦੇ, ਜੇ ਉਹਦਾ ਦੋਦੇ ਖੇਡ ਲਿਆ, ਜੇ ਉਹਦਾ ਘਲਕਣਾ ਖੇਡ ਲਿਆ, ਇੱਕ ਬਰਾਬਰੀ ਆ, ਠੀਕ ਹੈ ਨਾ ਬਾਈ, ਪੈਸਾ ਜ਼ਰੂਰੀ ਨਹੀਂ ਹਰੇਕ ਥਾਂ, ਹਰੇਕ ਥਾਂ ਨਹੀਂ ਜ਼ਰੂਰੀ, ਜ਼ਰੂਰ ਆਪਣੀਆਂ ਜ਼ਰੂਰਤਾਂ ਪੂਰਨ ਕਰਨ ਵਾਸਤੇ ਪੈਸਾ ਵੀ ਜ਼ਰੂਰੀ ਆ, ਪਰ ਹਰੇਕ ਥਾਂ ਪੈਸਾ ਨਹੀਂ ਚੱਲਦਾ, ਵੀ ਜਿੱਥੇ ਆਪਾਂ ਕਹੀਏ ਉੱਥੇ ਮੰਨਿਆ, ਹੈ ਨਾ, ਵੀ ਹਾਂ ਹਾਂ ਬਾਈ। ਯਾਦਗਾਰੀ ਮੈਚ ਕਿਹੜੇ ਕਿਹੜੇ ਸੰਦੀਪ ਤੁਹਾਡੇ? ਯਾਦਗਾਰੀ ਮੈਚ ਤਾਂ ਬਾਈ ਬਹੁਤ ਬਣ ਜਾਂਦੇ ਆ, ਪਰ ਜਿਹੜਾ ਤਖਤੂਪੁਰਾ ਸਾਹਿਬ ਦੀ ਟੂਰਨਾਮੈਂਟ ਹੋਇਆ 2014 'ਚ, ਉਹ ਮੇਰਾ ਯਾਦਗਾਰੀ ਮੈਚ ਆ ਇੱਕ ਤਾਂ, ਠੀਕ ਹੈ, ਅਸੀਂ ਮਾਣੂ ਇਹ ਗੱਲਾਂ ਖੇਡਦੇ, ਮੈਂ ਅਤੇ ਪਾਲਾ, ਸਾਡਾ ਬੁਰਜ ਹਰੀ ਨਾਲ ਫਾਈਨਲ ਮੈਚ ਸੀ, ਠੀਕ ਹੈ, ਉਹ ਮੈਚ
ਸਾਨੂੰ ਪਹਿਲਾਂ ਹੈਗਾ ਕਿ ਜੱਫਾ ਲਾਦਾ ਚੰਨੇ ਨੇ, ਉਦੋਂ ਬਾਅਦ ਮੈਂ 10 ਕੌੜੀਆਂ ਪਾਈਆਂ ਇਕੱਲੇ ਨੇ। ਉਹ ਯਾਦਗਾਰੀ, ਉਹ ਤਾਂ ਮੇਰੇ ਸਾਰੀ ਉਮਰ ਚੇਤੇ ਹੀ ਰਹਿਣਾ ਉਹ ਮੈਚ। ਪਹਿਲਾ ਮੋਟਰਸਾਈਕਲ ਸੀ ਮੇਰਾ ਉੱਥੇ, ਜਿਹੜਾ ਮੈਂ ਪਹਿਲੀ ਵਾਰੀ ਜਿੱਤਿਆ ਸੀ, ਪਹਿਲਾ ਹੀ ਮੋਟਰਸਾਈਕਲ ਸੀ, ਤਖਤੂਪੁਰਾ ਸਾਹਿਬ ਜਿੱਤਿਆ ਸੀ ਉਹ। ਹੋਰ ਕੋਈ ਮੈਚ ਉਹ ਤੋਂ ਇਲਾਵਾ ਬਈ? ਉਸ ਤੋਂ ਬਾਅਦ ਸਾਡੇ ਅਕੈਡਮੀਆਂ ਦੇ ਮੈਚ, ਇੱਕ ਸਾਡਾ ਵੀ ਇੰਟਰਨੈਸ਼ਨਲ ਅਕੈਡਮੀ ਨਾਲ ਲੱਗਿਆ ਸੀਗਾ ਲੁਹਾਰੇ ਬਾਬੇ ਦਾਮੂ ਸ਼ਾਹ ਦੇ, ਉਹ ਯਾਦਗਾਰੀ ਮੈਚ ਆ ਮੇਰਾ, ਉੱਥੋਂ ਮੈਂ ਮੋਟਰਸਾਈਕਲ ਜਿੱਤਿਆ ਸੀ। ਉਹ ਮੈਚ ਬਹੁਤ ਵਧੀਆ ਲੱਗਿਆ ਕਿਉਂਕਿ ਉਦੋਂ ਅੰਬੀ ਦੀ ਟੀਮ ਬਹੁਤ ਤਕੜੀ ਹੁੰਦੀ, ਮੱਖਣ ਅਰਗੇ, ਬਲਜੀਤ ਅਰਗੇ, ਸਾਰੇ ਹੁੰਦੇ ਸੀ ਉਦੋਂ। ਠੀਕ ਹੈ। ਅਤੇ ਉਦੋਂ ਘੱਲਗੜਾਂ ਦੀ ਟੀਮ ਵੀ ਬਹੁਤ ਵਧੀਆ, ਪੰਜਾਬ ਫੈਡਰੇਸ਼ਨ ਸੀਗੀ ਉਦੋਂ। ਅੱਛਾ ਅੱਛਾ। ਉੱਥੇ ਸਾਡਾ ਮੈਚ ਬਹੁਤ ਵਧੀਆ ਲੱਗਿਆ। ਘੱਲਗੜਾਂ 'ਚ ਕਿਹੜੇ ਕਿਹੜੇ ਪਲੇਅਰ ਹੁੰਦੇ ਫਿਰ? ਘੱਲਗੜਾਂ 'ਚ ਅਸੀਂ ਹਰਦੇਵ ਹੁੰਦਾ, ਫਕਰ ਝੰਡੇ ਵਾਲਾ। ਉਸ ਟਾਈਮ ਦੀ ਗੱਲ ਕਰਦੇ ਕਿ ਹੁਣ ਦੀ? ਉਸ ਟਾਈਮ ਦੀ ਜਦੋਂ ਤੁਸੀਂ ਜਿੱਤੇ ਸੀ। ਉਹ ਟਾਈਮ ਸੀ ਹਰਦੇਵ ਸੀ, ਫਕਰ ਝੰਡੇ ਵਾਲਾ, ਬੱਸਿੰਗ ਵਾਲਾ ਸੰਦੀਪ ਸੀ, ਜੀਵਨ ਅਰਗੇ ਸੀਗੇ ਮਾਣੂਕਿਆਂ ਵਾਲੇ, ਅੰਬੂ ਸੀ, ਸੋਨਾ ਸੀ, ਅਤੇ ਜਿਹੜੇ ਪੁਰਾਣੇ ਪਹਿਲਾਂ ਪਲੇਅਰ ਖੇਡਦੇ ਸੀ ਘੱਲਕਲਾਂ 'ਚ ਪੰਜਾਬ ਫੈਡਰੇਸ਼ਨ, ਉਹ ਸਾਰੇ ਉਹ ਅੱਜ ਵੀ ਉਹੀ ਖੇਡਦੇ ਆ, ਕੁਛ ਕੁ ਪਲੇਅਰ ਹੈ ਨਹੀਂ ਵਿੱਚ। ਅਤੇ ਬਾਂਦਰਾਂ ਵਾਲਾ ਸੋਨਾ ਸੀ, ਬਹੁਤ ਪਲੇਅਰ ਸੀਗੇ ਉਸ, ਹੈ ਸਾਰੇ ਸਾਡੇ, ਜਿਨ੍ਹਾਂ ਜਿਨ੍ਹਾਂ ਨਾਲ ਅਸੀਂ ਖੇਡਦੇ ਖੇਡਦੇ ਉਹ ਲਿੰਕ ਲਿੰਕ ਵਾਲੇ ਪਲੇਅਰ ਸੀ, ਉਹ ਟੀਮ ਸੀ ਆਪਦੀ ਫੈਮਿਲੀ ਟੀਮ ਕਹਿ ਸਕਦੇ? ਹਾਂ ਬੰਦੀ ਹੈ ਪਹਿਲਾਂ ਵਾਲੀ। ਹਾਂ ਹਾਂ ਪੱਕੇ ਬੰਦੇ। ਜਦੋਂ ਤੁਸੀਂ ਤਖਤੂਪੁਰੇ ਪਹਿਲਾਂ ਮੋਟਰਸਾਈਕਲ ਜਿੱਤਿਆ ਸੀ, ਉਦੋਂ ਕਿਹੜੇ ਕਿਹੜੇ ਪਲੇਅਰ ਸੀ ਫਿਰ? ਉਦੋਂ ਮਾਣੂਕਿਆਂ ਦੀ ਖੇਡਦੇ ਅਸੀਂ, ਮੈਂ ਸੀ, ਪਾਲਾ ਸੀ, ਦੋ ਬੰਦੇ ਮੇਰੇ ਹਿਸਾਬ ਨਾਲ ਬਾਹਰੋਂ ਸੀ ਉਦੋਂ ਤਖਤੂਪੁਰੇ, ਅਤੇ ਜੀਵਨ ਸੀ, ਬੂਟਾ ਸੀ, ਜਾਫੀ, ਠੀਕ ਹੈ, ਅਤੇ ਪਾਲਾ ਸੀ, ਅਤੇ ਉਹਨਾਂ ਦੇ ਦੋ ਜਾਫੀ ਉਹਨਾਂ ਦੇ ਪਿੰਡ ਦੇ ਹੋਰ ਸੀ, ਘੁੱਲਾ ਸੀ ਮੇਰੇ ਹਿਸਾਬ ਨਾਲ ਸ਼ਾਇਦ ਇੱਕ, ਅਤੇ ਮੈਂ ਤਾਂ ਜੀਵਨ ਕੌੜੀਆਂ ਪਾਉਂਦੇ ਸੀ। ਜਿਹੜੀ ਟੀਮ ਨਾਲ ਫਾਈਨਲ ਮੈਚ ਸੀਗਾ ਉਹਦੇ 'ਚ ਕਿਹੜੇ ਪਲੇਅਰ ਆ ਜ਼ਿਆਦਾ ਕੋਈ ਵੀ ਜਿਹੜੇ ਜਾਫੀਆਂ ਤੁਸੀਂ ਰੇਡਾ ਪਾਈਆਂ? ਹਾਂ ਉਹਨਾਂ 'ਚ ਉਹਨਾਂ ਸੀਗੇ ਇੱਕ ਆਪਣਾ ਸਾਡਾ ਮੈਚ ਸੀਗਾ ਉਹਦੇ ਨਾਲ ਬੁਰਜਰੀ ਨਾ, ਇੱਕ ਤਾਂ ਬੱਸਿੰਗ ਵਾਲਾ ਸੰਦੀਪ ਸੀ, ਚੰਨਾ ਭੇਟਾਂ ਵਾਲਾ ਸੀ, ਦੋ ਜਾਫੀ, ਬਾਕੀ ਬੁਰਜਹਰੀ ਦੇ ਜਾਫੀ ਸੀਗੇ ਦੋ ਆਪ, ਇੱਕ ਉਹ ਮੁੰਡੇ ਦਾ ਮੈਨੂੰ ਨਾਂ ਨਹੀਂ ਚੇਤੇ ਆਉਂਦਾ, ਲੰਮਾ ਜਿਹਾ ਮੁੰਡਾ ਜਾਫੀ, ਉਹ ਵੀ ਬਹੁਤ ਵਧੀਆ ਸੀਗਾ ਬੁਰਜਹਰੀ ਦਾ, ਅਤੇ ਆਹੀ ਪਲੇਅਰ ਉਹਨਾਂ ਸੀ, ਗੁਰਪ੍ਰੀਤ ਅਤੇ ਡਿੱਪੀ, ਇਹ ਕੌਡੀਆਂ ਪਾਉਂਦੇ ਦੋਨੇ, ਡਿੱਪੀ ਤਾਲੀਵਾਲ। ਹਾਂ ਡਿੱਪੀ ਤਾਲੀਵਾਲ। ਠੀਕ ਹੈ ਕਿਹੜੀ ਚੱਲਦੀ ਹੈ ਤੁਹਾਡੀ ਹੁਣ? ਮਿਹਨਤ ਹੁਣ ਤਾਂ ਵੀਰੇ ਮੈਚ ਖੇਡਦੇ ਹਾਂ ਹੈ ਨਾ, ਅਤੇ ਮੈਚਾਂ 'ਚ ਹੁਣ ਤੁਹਾਨੂੰ ਪਤਾ ਡੇਲੀ ਹੁਣ ਮੈਚ ਹੁੰਦਾ ਹੀ ਹੁੰਦਾ ਨਿੱਤ ਨਾ ਕਿਤੇ ਨਾ ਕਿਤੇ, ਅਤੇ ਮੈਚਾਂ 'ਚ ਤਾਂ ਹੁਣ ਕੋਈ ਮਿਹਨਤ ਨਹੀਂ ਲੱਗ ਰਹੀ, ਇਸ ਟਾਈਮ ਤਾਂ ਮਿਹਨਤ ਜਮਾਂ ਹੀ ਬੰਦ ਆ, ਅਤੇ ਜਦੋਂ ਸੀਜ਼ਨ ਔਫ ਹੋ ਗਿਆ ਕਬੱਡੀ ਦਾ ਮੈਚਾਂ ਦਾ, ਉਦੋਂ ਬਾਅਦ ਅਸੀਂ ਮਿਹਨਤ ਲਾਉਣ ਲੱਗ ਪੈਂਦੇ ਹਾਂ, ਅਸੀਂ ਮਾਰਚ ਅਪ੍ਰੈਲ 'ਚ ਮਿਹਨਤ ਲਾਉਣ ਲੱਗ ਪੈਂਦੇ ਹਾਂ, ਵੀ ਮਾਰਚ 'ਚ ਥੋੜ੍ਹੇ ਥੋੜ੍ਹੇ ਮੈਚ ਰਹਿ ਜਾਂਦੇ ਆ, ਅਪ੍ਰੈਲ 'ਚ ਲੱਗ ਪੈਂਦੇ ਅਸੀਂ ਮਿਹਨਤ ਲਾਉਣ, ਫਿਰ ਅਪ੍ਰੈਲ, ਮਈ, ਜੂਨ, ਜੁਲਾਈ, ਫਿਰ ਇਹ ਸਾਰੇ ਮਹੀਨੇ ਮਿਹਨਤ ਲਾਉਣੀ, ਜਿੱਦਾਂ ਬਾਹਰ ਦੀ ਗੱਲ ਹੋਏਗੀ ਜਾਂ ਜੇ ਬਾਹਰ ਜਾਣਾ ਹੋਵੇ ਫਿਰ ਤਾਂ ਜੂਨ 'ਚ ਪਲੇਅਰ ਬਾਹਰ ਜਾ ਉੱਠਦੇ, ਫਿਰ ਤਾਂ ਜੂਨ ਤਾਂ ਹੀ ਲਾਉਣੇ ਆ, ਅਤੇ ਜੇ ਮੰਨ ਕੇ ਚੱਲ ਵੀ ਬਾਹਰ ਦੀ ਗੱਲ ਕੋਈ ਉਨੀ ਕੀ ਹੁੰਦੀ ਆ, ਫਿਰ ਅਸੀਂ ਜਿੰਨਾ ਚਿਰ ਆਉਂਦਾ ਸੀਜ਼ਨ ਨਹੀਂ ਸ਼ੁਰੂ ਹੁੰਦਾ ਉਹਨਾਂ ਚਿਰ ਮਿਹਨਤ ਲਾਈ ਨਾ 4-5 ਮਹੀਨੇ। ਠੀਕ ਹੈ। ਹਾਂ ਆਪਦੇ ਪਿੰਡ ਗਰਾਊਂਡ ਹੀ ਜਾਂ ਬਾਹਰ ਲਾਉਂਦੇ ਕਿਤੇ? ਨਾ ਆਪਦੇ ਪਿੰਡ ਹੀ ਗਰਾਊਂਡ। ਹਾਂਜੀ। ਸੰਦੀਪ ਖੁਰਾਕ ਕਿਹੜੀ ਆ ਵੀਰੇ ਤੁਹਾਡੀ? ਖੁਰਾਕ ਵੀਰੇ ਆਪਣੀ ਨੋਰਮਲ ਹੀ ਆ, ਘਰ ਦੀ ਜਿਵੇਂ ਹੁੰਦੀ ਆ, ਦੁੱਧ, ਦਹੀਂ, ਆਂਡਾ, ਮੀਟ, ਬਸ ਇਹੀ ਖੁਰਾਕ ਆ, ਛੋਲੇ, ਸੋਇਆਬੀਨ, ਬਦਾਮ, ਬਦਾਮਾਂ ਦਾ ਰਗੜਾ, ਇਹੀ ਖੁਰਾਕ ਆ ਨੋਰਮਲੀ। ਆਪਣੀ ਘਰੇਲੂ ਖੁਰਾਕ ਹੈ ਦੇਸੀ? ਦੇਸੀ ਖੁਰਾਕ। ਹਾਂ ਜੀ ਬਾਈ। ਹੁਣ ਤੱਕ ਤੁਸੀਂ ਖੇਡੋ ਜਦੋਂ ਤੱਕ ਲੈ ਕੇ ਸਟਾਰਟਿੰਗ ਤੋਂ ਅੱਜ ਤੱਕ ਤੁਹਾਨੂੰ ਸਹਿਯੋਗ ਕਿਹਦਾ ਕਿਹਦਾ ਗਾ? ਸਹਿਯੋਗ ਵੀਰੇ ਮੈਨੂੰ ਸਭ ਤੋਂ ਵੱਡਾ ਸਹਿਯੋਗ ਤਾਂ ਮੇਰੀ ਮਾਤਾ ਪਿਤਾ ਦਾ ਹੈ ਨਾ, ਕਿਉਂਕਿ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਹਜੇ ਪਿਤਾ ਨੇ ਥੋੜ੍ਹਾ ਜਿਹਾ ਘੱਟ ਦਿੱਤਾ, ਮਾਤਾ ਨੇ ਤਾਂ ਬਾਹਲਾ ਹੀ ਦਿੱਤਾ ਹੈ ਨਾ, ਉਹਨੇ ਤਾਂ ਸਾਨੂੰ ਸਾਡਾ ਪੂਰਾ ਖਿਆਲ ਰੱਖਿਆ ਵੀ ਇਹਨਾਂ ਨੂੰ ਕਿਹੜੇ ਟਾਈਮ 'ਤੇ ਕੀ ਚਾਹੀਦਾ ਅਤੇ ਕਿਹੜੇ ਟਾਈਮ 'ਤੇ ਉਹਨੂੰ ਕਿਹੜੀ ਖੁਰਾਕ ਚਾਹੀਦੀ, ਕਿਹੜੀ ਮਿਹਨਤ ਚਾਹੀਦੀ ਆ, ਉਹਨੇ ਸਾਡਾ ਪੂਰਾ ਖਿਆਲ ਰੱਖ ਕੇ ਸਾਨੂੰ ਖੜਾਇਆ, ਸਾਨੂੰ ਖੁਰਾਕ ਦਿੱਤੀ ਫੁੱਲ, ਵੀ ਇਉਂ ਨਾ ਹੋ ਕਿ ਕਵੇ ਵੀ ਹਾਂ ਵੀ ਇਹ ਖੁਰਾਕ ਨੂੰ ਮਾਰੇਗੇ ਜਾਂ ਇਹ ਮਿਹਨਤ ਨੂੰ ਮਾਰੇਗੇ, ਉਹ ਗੱਲ ਦਾ ਉਹਨੇ ਬਹੁਤ ਖਿਆਲ ਰੱਖਿਆ। ਠੀਕ ਹੈ। ਅਤੇ ਇਹਨਾਂ ਦਾ ਹੀ ਸੰਯੋਗ ਆ ਮਾਂ ਪਿਓ ਦਾ ਹੀ ਆਪਦੇ ਦਾ ਸਭ ਤੋਂ ਜ਼ਿਆਦਾ ਮੈਨੂੰ। ਮਾਤਾ ਜੀ ਦਾ ਸੁਭਾਅ ਤਾਂ ਹੁਣ ਅਸੀਂ ਆਏ ਸੀ ਸਾਨੂੰ ਵੀ ਪਤਾ ਲੱਗ ਗਿਆ ਹੈ ਨਾ, ਐਂ ਲੱਗਿਆ ਨਹੀਂ, ਮਹਿਸੂਸ ਨਹੀਂ ਹੋਇਆ ਵੀ ਕਿਤੇ ਬਾਹਰ ਹੈ, ਐਂ ਲੱਗਦਾ ਜਿਵੇਂ ਆਪਣੀ ਮਾਤਾ ਜੀ ਨਾਲ। ਹਾਂ ਉਹ ਆ ਉਹ ਮਹਿਸੂਸ ਨਹੀਂ ਹੋਣ ਦਿੰਦੇ, ਹਾਂ ਇਉਂ ਚੰਗੇ ਨਾਲ ਚੰਗੇ ਵੀ ਬਹੁਤ ਆ, ਅਤੇ ਊਂ ਜਿਹਦੇ ਨਾਲ ਦੂਜੂ ਇਹਦੇ ਨਾਲ ਦੂਜੂ ਵੀ ਬਹੁਤ ਆ, ਇਹ ਮੇਰੇ ਮਾਂ ਪਿਓ ਦਾ ਮੈਨੂੰ ਵਧੀਆ ਲੱਗਦੀ ਇਹ ਗੱਲ ਵੀ ਹਾਂ ਜਿਹਦੇ ਨਾਲ ਸਹੀ ਉੱਥੋਂ ਤਾਂ ਜਾਨ ਮਾਰ ਦਿਆਂਗੇ ਅਤੇ ਜਿਹਦੇ ਨਾਲ ਗਲਤ ਉਹਦੇ ਨਾਲ ਫਿਰ ਉਵੇਂ ਹੀ ਆ। ਪਿਤਾ ਜੀ ਦਾ ਫਿਰ ਚਲੋ ਠੀਕ ਆ, ਹੈ ਤਾਂ ਹੈ ਆਉਣੀ ਕਹਿੰਦੇ ਵੀ ਜਮਾਂ ਘੱਟ ਆ, ਅਤੇ ਪਰ ਉਹ ਟਾਈਮ 'ਤੇ ਜਿਹੜੇ ਟਾਈਮ 'ਤੇ ਬਣਨਾ ਸੀ ਉਹ ਟਾਈਮ 'ਤੇ ਉਹਨਾਂ ਦਾ ਥੋੜ੍ਹਾ ਜਿਹਾ ਘੱਟ ਸੀ ਸੰਯੋਗ, ਵੀ ਉਹ ਟਾਈਮ 'ਤੇ ਇੰਨੀ ਕੇਅਰ ਨਹੀਂ ਕੀਤੀ ਉਹਨਾਂ ਨੇ ਜਿੰਨੀ ਮਾਤਾ ਨੇ ਕੀਤੀ ਆ, ਆਪਦੀ ਲਾਦ ਦਾ ਕਰਦਾ ਤਾਂ ਹਰੇਕ ਹੀ ਹੁੰਦਾ ਹੈ ਨਾ, ਇਉਂ ਤਾਂ ਹੈ ਨਹੀਂ ਵੀ ਹਾਂ ਵੀ ਜਮਾਂ ਹੀ ਛੱਡਤਾ ਉਹਨੇ ਸਾਨੂੰ ਵੀ ਹਾਂ ਵੀ ਮੈਂ ਤਾਂ ਕੁਛ ਕਰਨਾ ਹੀ ਨਹੀਂ ਨਾ ਬਾਬਤ, ਪਰ ਜਿੰਨਾ ਮੰਮੀ ਨੇ ਕੀਤਾ ਉਨਾ ਡੈਡੀ ਨੇ ਨਹੀਂ ਕੀਤਾ ਉਹ ਟਾਈਮ 'ਤੇ, ਹੁਣ ਤਾਂ ਉਹ ਬਹੁਤ ਕਰਦੇ ਆ, ਹੁਣ ਤਾਂ ਕਹਿ ਦਿੰਦੇ ਵੀ ਹਾਂ ਇਹਨਾਂ ਵਰਗਾ ਹੈ ਹੀ ਕੋਈ ਨਹੀਂ।
ਹੁਣ ਤਾਂ ਫਿਰ ਵੀਰੇ ਮਾਣ ਆ ਨਾ ਤੁਹਾਡੇ ਤੇ, ਕਿਉਂਕਿ ਹਾਂ ਹੁਣ ਨਾਂ ਗਾ ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਹੈ ਸੰਦੀਪ ਤੇ ਘੋੜੇ ਦਾ। ਹਾਂ ਕਿਉਂਕਿ ਉਹ ਟਾਈਮ ਤੇ ਪਹਿਲਾਂ ਦੇ ਟਾਈਮ ਤੇ ਸਾਡਾ ਥੋੜਾ ਜਿਹਾ ਜ਼ਮੀਨ ਜ਼ਮੂਨ ਦਾ ਰੌਲਾ ਰਹਿੰਦਾ ਸੀਗਾ, ਉਹ ਵੀ ਥੋੜੇ ਜਿਹੇ ਨਹੀਂ ਡਿਪਰੈਸ਼ਨ 'ਚ ਰਹਿੰਦੇ ਸੀ, ਹੈ ਨਾ, ਵੀ ਕੋਈ ਉਹਨਾਂ ਦਾ ਖਿਆਲ ਇੱਧਰ ਨਹੀਂ ਆਉਂਦਾ ਸੀ। ਸਾਡਾ ਬਹੁਤ ਟਾਈਮ ਰੌਲਾ ਰਿਹਾ, 20-25 ਸਾਲ ਰਿਹਾ ਸਾਡਾ ਜ਼ਮੀਨ ਦਾ ਰੌਲਾ, ਠੀਕ ਹੈ ਆਪਸ ਮੇਂ ਸੀ ਸਾਡਾ। ਠੀਕ ਹੈ, ਫਿਰ ਉਹ ਆਪਾਂ ਬੰਦੇ ਦੀ ਸਮਝਦੇ ਹਾਂ ਸਥਿਤੀ ਉੱਥੇ ਕੀ ਹੋ ਜਾਂਦੀ ਆ, ਹੈ ਨਾ। ਅਤੇ ਮਤਲਬ ਕਿ ਉਹਨਾਂ ਦਾ ਧਿਆਨ ਹੋਰ ਪਾਸੇ ਹਾਂ, ਜਾਣ ਉਹਨਾਂ ਦਾ ਲੱਗੇ, ਇੱਧਰਲੇ ਪਾਸੇ ਬਹੁਤ ਘੱਟ ਸੀ ਧਿਆਨ ਉਹਨਾਂ ਦਾ, ਫਿਰ ਦੂਜੇ ਪਾਸੇ ਧਿਆਨ ਸੀ, ਮਜਬੂਰੀਆਂ ਸੀ ਉਹਨਾਂ ਦੀਆਂ ਵੀ। ਹਾਂ ਵੀ ਇਉਂ ਨਹੀਂ ਕਹਿ ਸਕਦੇ ਵੀ ਹਾਂ ਸਾਡਾ ਕਰਦੇ ਨਹੀਂ ਉਹ, ਅਤੇ ਵੀ ਉਹ ਤਾਂ ਕਰਕੇ ਉਹ ਧਿਆਨ ਉਹਨਾਂ ਦਾ ਉੱਧਰ ਹੀ ਸੀ ਵੀ ਰੌਲਾ ਕਰਕੇ ਸਾਡੀ ਜ਼ਮੀਨ ਦਾ। ਠੀਕ ਹੈ ਹਾਂਜੀ ਬਾਈ, ਇਹ ਤੋਂ ਬਿਨਾਂ ਹੋਰ ਕੋਈ ਬਾਹਰੋਂ ਕਿਸੇ ਸੱਜਣ ਦਾ ਜਾਂ ਲਿਆਜੀ ਮਿੱਤਰ ਦਾ ਸਹਿਯੋਗ ਵੀ ਤੁਹਾਡੇ ਨਾਲ ਖੜਿਆ ਹੋਵੇ ਜਦੋਂ ਵੀ ਮਾੜਾ ਚੰਗਾ ਟਾਈਮ ਹੈ? ਜਿਹੜੇ ਟਾਈਮ ਤੇ ਵੀਰੇ ਇਹ ਔਖਾ ਟਾਈਮ ਹੈਗਾ, ਉਹ ਟਾਈਮ ਤੇ ਸਾਡੇ ਨਾਲ ਕੋਈ ਨਹੀਂ ਖੜਿਆ, ਮਹਾਰਾਜ ਤੇ ਬਿਨਾਂ ਤੇ ਆਪਦੇ ਮਾਂ ਪਿਓ ਤੋਂ ਬਿਨਾਂ। ਠੀਕ, ਬਾਕੀ ਜਦੋਂ ਬੰਦਾ ਤਕੜਾ ਹੁੰਦਾ ਉਹ ਤਾਂ ਬਹੁਤ ਖੜ ਜਾਂਦੇ ਆ ਵੀਰੇ, ਤਕੜਾ ਤਾਂ ਹਰੇਕ ਹੀ ਹੁੰਦਾ ਹਾਂ। ਹੈ ਨਾ, ਹਾਂ ਉਹ ਟਾਈਮ ਤੇ ਸਾਡੇ ਨਾਲ ਕੋਈ ਨਹੀਂ ਖੜਿਆ, ਉਹ ਟਾਈਮ ਤੇ ਮੇਰਾ ਮਾਂ ਪਿਓ ਤੇ ਜਾਂ ਮੇਰਾ ਭਰਾ ਤੇ ਜਾਂ ਅਸੀਂ ਆਪ ਬਸ ਤੇ ਜਾਂ ਸਾਡਾ ਵਾਹਿਗੁਰੂ ਬਸ, ਇਹੀ ਖੜੇ ਹਾਂ ਨਾਲ, ਹੋਰ ਨਹੀਂ ਕੋਈ ਖੜਾ। ਮਤਲਬ ਕਿਹਾ ਜਾਵੇ ਫੈਮਿਲੀ ਤੋਂ ਬਿਨਾਂ ਪਰਮਾਤਮਾ ਹੀ ਸੀ ਇਕੱਲਾ। ਹਾਂ ਇਕੱਲਾ ਪਰਮਾਤਮਾ, ਉਹ ਤੇ ਯਕੀਨ ਰੱਖਦੇ ਸੀ ਅਸੀਂ, ਹੋਰ ਉਹ ਟਾਈਮ ਕੋਈ ਨਹੀਂ ਖੜਾ। ਹੋਰ ਸਾਰੇ ਸਾਰੇ ਰਿਸ਼ਤੇਦਾਰ ਸਭ ਕੁਝ ਸਾਡੇ ਨਾਲ ਟੁੱਟ ਗਈ ਉਦੋਂ, ਕਿਉਂਕਿ ਰੌਲਾ ਸੀਗਾ ਸਾਡਾ, ਹੈ ਨਾ। ਉਹਨਾਂ ਨੇ ਆਉਣ ਲੱਗਦਾ ਸੀ ਬਈ ਇਹਨਾਂ ਦਾ ਕੀ ਬਣਨਾ, ਜਦੋਂ ਬਾਈ ਮਾੜਾ ਟਾਈਮ ਉਦੋਂ ਐਂ ਹੁੰਦਾ ਵੀ ਕੁਛ ਮੰਗ ਹੀ ਨਾ ਲੈਣ। ਹਾਂ ਬਈ ਇਹ ਸਾਲਾ ਇਹ ਮੰਗ ਹੀ ਨਾ ਪਾ ਦੇਣ ਕੋਈ ਛੱਡ ਦਿਓ, ਉਹ ਟਾਈਮ ਨਹੀਂ ਛੱਡਣਾ ਕੋਈ ਵੀ ਖੜਾ। ਹੁਣ ਤਾਂ ਹਰੇਕ ਹੀ ਕੱਢਦਾ ਵਾਂ ਵੀ ਹਾਂ ਸਹੀ ਆ ਉਹ ਚੰਗੇ ਟਾਈਮ 'ਚ ਤਾਂ ਬਾਈ ਫਿਰ ਤਾਂ ਉਹ ਤਾਂ ਹਾਂ ਇਹ ਬਣੀ ਆਈ ਹੈ ਮੁੜ ਤੋਂ ਰੀਤ, ਇਹ ਕੱਲੀ ਕੌੜੀ ਸਾਰੇ ਪਾਸੇ ਹੀ ਇਹ ਵੀ ਚੰਗੇ ਟਾਈਮ 'ਚ ਹਰੇਕ ਪੁੱਛਦਾ, ਮਾੜੇ ਟਾਈਮ 'ਚ ਨਹੀਂ ਕੋਈ ਪੁੱਛਦਾ। ਸੰਦੀਪ ਬਾਈ, ਲਾਸਟ ਦੇ ਵਿੱਚ ਦਰਸ਼ਕਾਂ ਨੂੰ, ਖਿਡਾਰੀਆਂ ਨੂੰ ਤੇ ਜਿਹੜੇ ਕਲੱਬਾਂ ਵਾਲੇ ਕਾਹੋ ਕਰਾਉਂਦੇ ਆ ਟੂਰਨਾਮੈਂਟ, ਹਾਂਜੀ ਸੁਨੇਹਾ ਦੇਣਾ ਚਾਹੋਗੇ? ਬਈ ਪਲੇਅਰਾਂ ਨੂੰ ਤਾਂ ਮੇਰਾ ਸੁਨੇਹਾ ਇਹ ਆ ਵੀ ਜਿਹੜਾ ਉਹ ਕਹਿੰਦੇ ਆ ਨਾ ਵੀ ਅਸੀਂ ਥੋੜ੍ਹੇ ਟਾਈਮ 'ਚ ਹੀ ਬਣ ਜਾਈਏ ਵੀ ਸਟਾਰ ਬਣ ਜਾਈਏ, ਹੈ ਨਾ, ਉਹ ਸੋਚ ਛੱਡ ਦੇਣ। ਖੁਰਾਕ ਖਾਣ, ਦੇਸੀ ਮਿਹਨਤ ਲਾਉਣ ਦੱਬ ਕੇ, ਥੋੜ੍ਹਾ ਟਾਈਮ ਲੱਗਦਾ ਪਰ ਉਹਦੇ ਵਰਗਾ ਚੀਜ਼ ਹੈ ਨਹੀਂ ਕੋਈ ਵੀ। ਜੇ ਕੋਈ ਕਹੇ ਵੀ ਹਾਂ ਮੈਂ ਫਲਾਨੀ ਚੀਜ਼ ਜਾਂ ਗਲਤ ਮਲ ਚੀਜ਼ 'ਚ ਝੱਫ ਕੇ ਪਲੇਅਰ ਬਣ ਜਾਂ, ਉਹ ਬਹੁਤ ਗਲਤ ਆ, ਉਹਦਾ ਜਮ੍ਹਾਂ ਹੀ ਵਰਤੋਂ ਨਾ ਕਰੇ ਉਹਦੀ। ਅਤੇ ਜਿਹੜਾ ਹੈਗਾ ਆ ਜਿਹੜੇ ਟੂਰਨਾਮੈਂਟ ਕਰਾਉਂਦੇ ਆ ਕਲੱਬਾਂ ਵਾਲੇ, ਅਤੇ ਇਹਨਾਂ ਨੂੰ ਮੇਰੀ ਥੋੜ੍ਹੀ ਜਿਹੀ ਇੰਨੀ ਬੇਨਤੀ ਆ ਵੀ ਭਰਾ ਬਣਿਆ ਇੰਨੇ ਇੰਨੇ ਟਾਈਮ ਇੰਨਾ ਲੇਟ ਨਾ ਕਰਿਆ ਕਰੋ ਮੈਚ, ਵੀ ਉਹ ਟਾਈਮ ਪਲੇਅਰਾਂ ਨੇ ਖਾਣਾ ਪੀਣਾ ਵੀ ਹੁੰਦਾ, ਹੈ ਨਾ, ਜਿਹੜੇ ਟਾਈਮ 'ਤੇ ਹੁਣ ਕੱਲ੍ਹ ਟੂਰਨਾਮੈਂਟ ਹੋਇਆ ਚੱਕਰ, ਹੈ ਨਾ, ਅਤੇ ਉਹ ਹੁਣ 2:30 ਵੱਜ ਗਏ, ਤੁਸੀਂ ਵੀ ਉੱਥੇ ਸੀ ਮੇਰੇ ਹਿਸਾਬ ਨਾਲ। ਮੈਂ ਬਈ ਉੱਥੇ ਸੀ। ਹਾਂ ਅਤੇ ਉਹਦਾ ਕੀ ਬਣੀ, ਉਹ ਕਿੱਥੇ ਪਲੇਅਰਾਂ ਨੇ ਕੀ ਖਾਣਾ ਕੀ ਸੌਣਾ ਕੀ ਉਹ 'ਚ, ਉਹ ਗਲਤ ਆ ਜਮਾਂ ਕੰਮ। ਹਾਂ ਪਲੇਅਰਾਂ ਨੂੰ ਥੋੜ੍ਹੀ ਜਿਹੀ ਇੰਨੀ ਕੁ ਬੇਨਤੀ ਵੀ ਤੁਸੀਂ ਟਾਈਮ ਨਾਲ ਜਾਇਆ ਕਰੋ, ਟਾਈਮ ਨਾਲ ਜਾਓਗੇ ਤਾਂ ਫਿਰ ਹੀ ਕਮੇਟੀਆਂ ਟਾਈਮ ਨਾਲ ਮੈਚ ਸਟਾਰਟ ਕਰਨਗੀਆਂ, ਅਤੇ ਕਮੇਟੀਆਂ ਨੂੰ ਥੋੜ੍ਹੀ ਇੰਨੀ ਬੇਨਤੀ ਹੈ ਵੀ ਹਾਂ ਤੁਸੀਂ ਐਵੇਂ ਵੀ ਉਹ ਨਾ ਕਰਿਆ ਕਰੋ, ਹਨੇਰਾ ਵੀ ਐਵੇਂ ਰਾਤ ਨੂੰ ਹੁੱਲੜਬਾਜ਼ੀ ਨਾ ਕਰਿਆ ਕਰੋ, ਟਾਈਮ ਨਾਲ ਮੈਚ ਨਿਬੇੜਿਆ ਕਰੋ। ਟਾਈਮ ਨਾਲ ਮੈਚ ਨਿਬੇੜੋਗੇ, ਟਾਈਮ ਨਾਲ ਗਾਂਹ ਪਲੇਅਰ ਖਾਣਗੇ ਤਾਂ ਦੂਜੇ ਦਿਨ ਵਧੀਆ ਮੈਚ ਖੇਡਣਗੇ। ਸਹੀ ਗੱਲ ਆ ਬਈ। ਹੁਣ ਬਈ ਕੱਲ 12 ਵਜੇ ਪਹੁੰਚ ਗਏ ਸੀ ਉੱਥੇ, ਹੈ ਨਾ, ਹਾਂ ਤੁਸੀਂ ਗੱਲ ਕਰੀ ਚੱਕਰ ਦੀ, ਹਾਂ 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 ਮੈਂ ਕਾਕੇ ਨਗਲੇ ਨਾਲ ਗਿਆ ਸੀ ਵੀਰੇ ਨਾਲ, ਆਪਣਾ ਮਨਦੀਪ ਵੀ ਖੇਡਦਾ ਸੀ, ਹਾਂ ਹਾਂ 12 ਵਜੇ ਪਹੁੰਚ ਗਏ ਸੀ ਬਈ, ਤੜਕੇ 7:30 ਵਜੇ ਪਿੰਡ ਪਹੁੰਚੇ। ਉਹ ਮੈਂ ਨਾ ਤੜਕੇ 6:30-7 ਵਜੇ ਉੱਠਿਆ ਤੜਕੇ, ਮੈਂ ਲੇਟ ਹੋ ਗਿਆ ਅੱਜ, ਮੈਂ ਵੀ ਉੱਠਣ ਨੂੰ, ਅਤੇ ਉਹ ਉਦੋਂ ਆਏ ਇਹ ਆਪਣੇ ਬੰਦੇ ਵੀ ਉਦੋਂ ਆਏ, ਅਤੇ ਜੇ ਪੁੱਛਿਆ ਤਾਂ ਕਹਿੰਦੇ ਵੀ ਮੈਚ ਦੀ ਰਾਤ 2:30 ਵਜੇ ਹੋਏ ਫਾਈਨਲ ਮੈਚ, ਅਤੇ ਉਦੋਂ ਮੇਰੇ ਹਿਸਾਬ ਨਾਲ ਜਦੋਂ ਮੈਂ ਇਹਨਾਂ ਦਾ ਮੈਚ ਹੋਇਆ ਤਾਂ ਦਰਸ਼ਕ ਵੀ ਕੋਈ ਨਹੀਂ ਸੀ ਆਸੇ ਪਾਸੇ, ਕੋਈ ਦਰਸ਼ਕ ਨਹੀਂ ਸੀ, ਉਹ ਫਿਰ ਇਕੱਲੇ ਜਾਲਾਂ ਨੂੰ ਦਿਖਾ ਰਹੇ ਸੀ ਵੀ ਇਹ ਮੈਚ ਹੋਈ ਜਾਂਦੇ, ਹੈ ਨਾ, ਫਿਰ ਨਾਲੇ ਜੇ ਮੈਚ ਟਾਈਮ ਨਾਲ ਨਿਬੇੜਨ ਤਾਂ ਨਾਲੇ ਤਾਂ ਦਰਸ਼ਕ ਜੁੜ ਕੇ ਬੈਠਣ, ਹੈ ਨਾ, ਅਤੇ ਨਾਲੇ ਮੈਚ ਵਧੀਆ ਹੋਣ ਪੂਰੇ, ਅਤੇ ਨਾਲੇ ਪਲੇਅਰ ਆਪਦਾ ਖੁਰਾਕ ਪਾਣੀ ਜਿਹੜਾ ਖਾਣਾ ਉਹ ਖਾ ਸਕਣ। ਤੁਸੀਂ ਬਈ ਦਰਸ਼ਕਾਂ ਦੀ ਗੱਲ ਕਰੀ, ਉਸਦਾ ਕਮੈਂਟਰੀ ਵੇਲੇ ਵੀ ਭੱਜ ਗਈ ਸੀਗੀ, ਉਹੀ ਤਾਂ ਗੱਲ ਆ, ਫਿਰ ਉਹਦਾ ਕੋਈ ਨਜ਼ਾਰਾ ਤਾਂ ਨਾ ਰਿਹਾ, ਉਹ ਤਾਂ ਕੋਈ ਨਜ਼ਾਰਾ ਨਾ ਰਿਹਾ। ਹੁਣ ਟੂਰਨਾਮੈਂਟ ਹੁੰਦੇ ਆ, ਅਕੈਡਮੀਆਂ ਦੇ ਮੈਚ ਹੁੰਦੇ ਆ, ਮੈਚ ਟਾਈਮ ਨਾਲ ਨਿਬੇੜਦੇ ਆ, ਟਾਈਮ ਨਾਲ ਪਲੇਅਰ ਖਾਂਦੇ, ਦੂਜੇ ਦਿਨ ਲਗਾਤਾਰ ਮੈਚ ਕਿਉਂ ਖੇਡਦੇ, ਟਾਈਮ ਨਾਲ ਖੁਰਾਕ ਖਾ ਕੇ ਸੌਣਾ, ਟਾਈਮ ਨਾਲ ਦੂਜੇ ਦਿਨ ਫਿਰ ਉੱਠਣਾ, ਤਾਂ ਹੀ ਲਗਾਤਾਰ ਮੈਚ ਖੇਡਦੇ ਆ। ਹੁਣ ਜੇ ਆਹ ਪਿੰਡ ਵਾਰ ਦੇ ਮੈਚਾਂ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਬੰਦਾ 2 ਦਿਨ ਹੀ ਲਗਾਤਾਰ ਖੇਡ ਸਕਦਾ, ਨਹੀਂ ਖੇਡੀਦਾ, ਹੰਭ ਜਾਂਦਾ ਬੰਦਾ, ਸਰੀਰ ਹੈ ਕਿਹੜਾ ਮਸ਼ੀਨ ਆ ਯਾਰ ਬਈ। ਹੁਣ ਹੱਥ ਨੇ 6 ਵਜੇ ਸਟਾਰਟ ਹੁੰਦੇ ਮੈਚ, ਹਾਂ ਤੜਕੇ 2-3 ਵਜਾਉਂਦੇ ਆ, ਠੀਕ ਹੈ, ਖੁਰਾਕ ਕਿਹੜੇ ਵੇਲੇ ਖਾਓ ਪਲੇਅਰ? ਉਹ ਅੱਧੇ ਅੱਧਾ ਰਹਿ ਜਾਂਦਾ ਪਲੇਅਰ, ਸੌਣ ਦਾ ਟਾਈਮ ਨਹੀਂ ਹੈਗਾ, ਕੋਈ ਸੌਣ ਦਾ ਟਾਈਮ ਨਹੀਂ, ਉੱਪਰ 60 ਪਲੇਅਰਾਂ ਦੇ ਤਾਂ ਹੀ ਵੱਜਦੀ ਆ, ਜਦੋਂ ਪਲੇਅਰ ਸੁੱਤਾ ਨਾ ਅਤੇ ਉਹਨਾਂ ਦਾ ਦਿਮਾਗ ਹੀ ਨਾ ਸੈੱਟ ਰਿਹਾ ਅਤੇ ਉਹ ਫਿਰ ਉਵੇਂ 60 ਵੱਜਦੀ ਆ ਬੰਦੇ, ਜਦੋਂ ਦਿਮਾਗ ਹੀ ਨਹੀਂ ਸੈੱਟ, ਨੀਂਦ ਹੀ ਨਾ ਪੂਰੀ ਹੋਈ, 60 ਤਾਂ ਹੀ ਵੱਜਦੀ ਆ ਬੰਦੇ ਦੀ, ਧਿਆਨ ਤਾਂ ਕਿਤੇ ਹੋਰ ਹੈ, ਹਾਂ ਜਾਂਦੀ ਹੈ, ਹਾਂ ਫਿਰ ਉਹ ਗੱਲ ਨਹੀਂ ਨਾ ਬਣਦੀ। ਇਹ ਕਮੇਟੀਆਂ ਨੂੰ ਇਉਂ ਹੀ ਆ ਮੇਰੀ ਬੇਨਤੀ ਭਰਾ ਬਣ ਕੇ, ਤੁਸੀਂ ਮੈਚ ਟਾਈਮ ਨਾਲ ਨਿਬੇੜਿਆ ਕਰੋ, ਹੈ ਨਾ, ਅਤੇ ਵਧੀਆ ਟੂਰਨਾਮੈਂਟ, ਜੇ ਤੁਹਾਡਾ ਟੂਰਨਾਮੈਂਟ ਵਧੀਆ ਆਉਣਗੇ ਤਾਂ ਗਾਂਹ ਨੂੰ ਪਲੇਅਰ ਵੀ ਆਉਣਗੇ। ਜੇ ਹੁਣ ਐਤਕੀ ਪਤਾ ਲੱਗ ਗਿਆ ਵੀ ਇੱਥੇ 12-1-2 ਵੱਜਦੇ ਗਾਂਹ ਨੂੰ
ਅਕੈਡਮੀਆਂ ਦਾ ਅਤੇ ਇਹਨਾਂ ਦਾ ਫਰਕ ਇੰਨਾ ਕੀ ਆ ਵੀ ਉੱਥੇ ਆਪਾਂ ਨੂੰ ਪਤਾ, ਇੱਕ ਤਾਂ ਆਪਾਂ ਖੇਡਣਾ ਵਧੀਆ ਪਲੇਅਰਾਂ ਨਾਲ, ਤਕੜੇ ਪਲੇਅਰਾਂ ਨਾਲ, ਹੈ ਨਾ, ਵੱਡੇ ਪਲੇਅਰਾਂ 'ਚ ਖੇਡਣਾ, ਵੱਡੇ ਪਲੇਅਰਾਂ 'ਚ ਖੇਡਾਂਗੇ ਆਪਾਂ ਨੂੰ ਅਕਲ ਹੀ ਆਊਗੀ, ਹੈ ਨਾ, ਕਬੱਡੀ ਬਾਰੇ ਕੁਛ ਨਵਾਂ ਸਿੱਖਾਂਗੇ ਹੀ। ਇੱਕ ਉੱਥੇ ਮੈਚ ਜਿਹੜੇ ਨਿਬੇੜਦੇ ਆ ਟਾਈਮ ਨਾਲ, ਤਿੰਨ ਮੈਚ ਖੇਡਣੇ ਹੁੰਦੇ ਆਪਾਂ, ਵੱਡੇ ਮੈਚ ਹੁੰਦੇ ਆ, ਪੂਰਾ ਮੌਕਾ ਮਿਲਦਾ, ਅਤੇ ਇੱਕ ਮੈਚ ਟਾਈਮ ਨਾਲ ਨਿਬੜਦੇ ਆ, ਟਾਈਮ ਨਾਲ ਬੰਦਾ ਆਪਦਾ ਖਾਂਦਾ ਪੀਂਦਾ, ਟਾਈਮ ਨਾਲ ਮੈਚ ਨਿਬੜਦੇ ਆ। ਅਕੈਡਮੀਆਂ ਦੇ ਮੈਚ ਤਾਂ ਬਾਹਲੇ ਸੌਖੇ ਪਿੰਡ ਵਾਰ ਨੂੰ ਖੇਡਣੇ, ਪਿੰਡ ਵਾਰ ਤਾਂ ਬਾਹਲੀ ਔਖੀ ਲੱਗਦੀ, ਜਿਹੜਾ ਬੰਦਾ ਅਕੈਡਮੀ ਦੇ ਮੈਚ ਖੇਡੂ ਪਿੰਡ ਵਾਰਾਂ ਨੇ ਮੂੰਹ ਨਾ ਕਰੂ ਮੇਰੇ ਹਿਸਾਬ ਨਾਲ, ਅਤੇ ਪਰ ਜਿੱਥੇ ਪਿੰਡ ਵਾਰ ਦੇ ਮੈਚ ਜਿਹੜੀਆਂ ਕਮੇਟੀਆਂ ਵਧੀਆ ਕਰਾਉਣੀਆਂ ਉਹ ਵਧੀਆ ਵੀ ਆ, ਜਿੱਥੇ ਟਾਈਮ ਨਾਲ ਨਿਬੇੜਦੇ ਨੇ। ਅਸੀਂ ਭਾਈ ਰੂਪੇ ਗਏ ਸੀ, ਆਰਟੀ ਮੈਂਟਰ ਸੀ, ਟਾਈਮ ਨਾਲ ਮੈਚ ਨਿਬੇੜਤੇ ਇਹਨਾਂ ਨੇ, ਬਹੁਤ ਵਧੀਆ ਲੱਗਿਆ ਯਾਰ ਟੂਰਨਾਮੈਂਟ, ਆਪ ਨੂੰ ਵੀ ਆਉਣ ਲੱਗਾ ਵੀ ਅਕੈਡਮੀ ਦੀ ਖੇਡੇ ਹੁੰਦੇ ਆ, ਵਧੀਆ ਖੁੱਲ੍ਹਾ ਟਾਈਮ ਦਿੱਤਾ ਅਤੇ ਵਧੀਆ ਮੈਚ ਟਾਈਮ ਨਾਲ ਨਿਬੇੜੇ। ਹੁਣ ਇਉਂ ਜੇ ਟੂਰਨਾਮੈਂਟ ਕਮੇਟੀ ਵਾਲੇ ਮੈਚ ਕਰਾਉਣ ਤਾਂ ਇਉਂ ਤਾਂ ਕੋਈ ਚੱਕਰ ਹੀ ਨਹੀਂ, ਇਉਂ ਤਾਂ ਫਿਰ ਇਉਂ ਹੀ ਲੱਗਦਾ ਵੀ ਅਕੈਡਮੀਆਂ, ਹਾਂ 16 ਟੀਮਾਂ ਜਾਂ 8 ਟੀਮਾਂ। ਹੁਣ ਜੋ ਟੀਮਾਂ ਇੱਕ ਪਾਸੇ 50 ਐਂਟਰ ਕਰੀ ਬੈਠੇ ਆ ਤੇ ਉਹ ਰਾਤ ਨੂੰ 2 ਤਾਂ ਵੱਜਣੇ ਹੀ ਵੱਜਣੇ ਆ। ਕਈ ਥਾਂ ਤਾਂ ਇਹ ਦੇਖਦੇ ਆ ਬਈ, ਹੈ ਨਾ, ਮਾੜੀ ਟੀਮ ਨੂੰ ਤਾਂ 2.5-3 ਨੰਬਰ ਹੀ ਦਿੰਦੇ ਹੈਗੇ। ਹਾਂ, ਉਹ ਤਾਂ ਤਕੜਾ ਕਿੱਥੋਂ ਪਲੇਅਰ, ਉਹ ਫਿਰ ਉਹ 'ਚ ਤਕੜਾ ਨਹੀਂ ਹੋ ਸਕਦਾ। ਇੱਥੇ ਟਾਈਮ ਮੰਨ ਕੇ ਚੱਲ 8 ਜਾਂ 16 ਟੀਮਾਂ ਐਂਟਰ ਕਰਾਇਆ ਕਰਨ, ਟਾਈਮ ਦੇਣ ਖੁੱਲ੍ਹਾ, ਉਹ 'ਚ ਪਲੇਅਰ ਨੂੰ ਮੌਕਾ ਮਿਲਣਾ। ਹੁਣ 2.5-3 ਨੰਬਰਾਂ ਦਾ ਕੋਈ ਪਤਾ ਨਹੀਂ ਲੱਗਣਾ ਵੀ ਕੀ ਹੋ ਗਿਆ ਕੀ ਨਹੀਂ, ਇਹ ਤਾਂ ਤਕੜੀ ਟੀਮ ਵੀ ਹਾਰ ਸਕਦੀ। ਇੰਨੇ ਨੰਬਰਾਂ 'ਚ ਪਤਾ ਨਹੀਂ ਲੱਗਦਾ, ਤਕੜੀ ਟੀਮ, ਤਕੜੀ ਟੀਮ ਦਾ ਵੀ ਨਹੀਂ ਕੋਈ ਪਤਾ ਲੱਗਦਾ ਇੰਨੇ ਨੰਬਰਾਂ 'ਚੋਂ। ਸਹੀ ਗੱਲ ਆ ਬਈ। ਹਾਂ ਬਈ, ਮਾਝਾ ਵੀ ਖੇਡਣ, ਦੁਆਬਾ ਵੀ ਖੇਡਣ ਅਤੇ ਮਾਲਵਾ ਵੀ ਖੇਡਿਓ, ਹਾਂਜੀ, ਕਿਹੜੇ ਏਰੀਏ 'ਚ ਖੇਡਣਾ ਵਧੀਆ ਲੱਗਦਾ ਤੁਹਾਨੂੰ? ਮੈਨੂੰ ਤਾਂ ਲੱਗਦਾ ਵਧੀਆ ਖੇਡਣਾ ਦੁਆਬਾ, ਠੀਕ ਹੈ, ਕਿਉਂਕਿ ਦੁਆਬੇ 'ਚ ਮੈਚ, ਮਾਝਾ ਵੀ ਵਧੀਆ, ਮਾਝੇ 'ਚ ਮੈਚ ਚੱਲੀ ਜਾਂਦੇ ਆ 12 ਮਹੀਨੇ 30 ਦਿਨੀ, ਠੀਕ ਹੈ, ਅਤੇ ਦੁਆਬੇ 'ਚ ਆਵਾਂ ਵੀ ਦੁਆਬੇ 'ਚ ਮੈਚ ਤਾਂ ਇੱਕ ਉੱਥੇ ਰੂਲ ਹੈਗੇ ਆ ਕਬੱਡੀ ਵਾਸਤੇ ਵੀ ਮੈਚ ਟਾਈਮ ਨਾਲ ਚਲਾਉਣੇ ਆ ਅਤੇ ਮੈਚ ਟਾਈਮ ਨਾਲ ਨਿਬੇੜਨੇ ਆ। ਦੁਆਬੇ 'ਚ ਕਿਤੇ ਮੈਂ ਉਹ ਨਹੀਂ ਵੇਖਿਆ ਵੀ ਭੈਣ ਚੋਦ ਦੀਆਂ 60 ਟੀਮਾਂ ਇਕੱਠੀਆਂ ਹੋ ਗਈਆਂ ਅਤੇ ਉਹ ਔਰ 2 ਵਜਾ 'ਤੇ ਉਹਨਾਂ ਨੇ ਤਾਂ ਬਈ ਰਾਤ ਦੇ, ਠੀਕ ਹੈ, ਅਤੇ ਊਂ ਵਧੀਆ ਦੁਆਬਾ ਹੀ ਲੱਗਿਆ ਮੈਨੂੰ ਖੇਡਣ 'ਚ ਯਾਰ। ਦੁਆਬੇ ਦੀ ਕਬੱਡੀ, ਮਾਝੇ ਦੀ ਕਬੱਡੀ ਫਰਕ ਅੱਡੋ ਅੱਡ ਆ ਯਾਰ, ਆਪਣੀ ਕਬੱਡੀ ਦਾ ਵੀ ਮਾਝੇ ਦੀ ਕਬੱਡੀ ਨਾਲ ਫਰਕ ਆ, ਦੁਆਬੇ ਦੀ ਕਬੱਡੀ ਦਾ ਆਪਣੀ ਕਬੱਡੀ ਨਾਲ ਫਰਕ ਆ, ਅੱਡੋ ਅੱਡ ਫਰਕ ਅੱਡੋ ਅੱਡ ਆ ਸਾਰੀਆਂ ਕਬੱਡੀਆਂ 'ਚ। ਸੰਦੀਪ ਨੂੰ ਕਿਹੜੇ ਏਰੀਏ 'ਚ ਸਭ ਤੋਂ ਵੱਧ ਪਿਆਰ ਮਿਲਿਆ ਕਬੱਡੀ ਖੇਡਦੇ ਮੈਨੂੰ, ਜਾਂ ਏਰੀਏ 'ਚ ਵੱਧ ਪਿਆਰ ਮਿਲਦਾ ਮੈਨੂੰ ਖੇਡਦੇ ਨੂੰ? ਊਂ ਤਾਂ ਵੈਸੇ ਸਾਰੇ ਪਿਆਰ ਕਰਦੇ ਆ, ਹੈ ਨਾ, ਜਿੱਥੇ ਜਾਂਦੇ ਹਾਂ, ਪਰ ਮੇਰੇ ਹਿਸਾਬ ਨਾਲ ਵੀ ਮੈਨੂੰ ਜੇ ਮਾਨਸਾ ਅਰਗੇ ਦੇ ਆ, ਸੰਗਰੂਰ, ਬਠਿੰਡਾ, ਇਹ ਅਰਗੇ ਦੇ ਲੋਕ ਜ਼ਿਆਦਾ ਪਿਆਰ ਕਰਦੇ, ਕਿਉਂਕਿ ਇੱਧਰ ਅਸੀਂ ਨਿੱਕੇ ਵੇਟ ਬਹੁਤ ਖੇਡੇ ਆ, ਹੈ ਨਾ, ਅਸੀਂ ਨਿੱਕੇ ਵੇਟ ਇੱਧਰ ਹੀ ਖੇਡੇ, ਮਾਨਸਾ, ਪਟਿਆਲਾ, ਸੰਗਰੂਰ, ਸਾਰੇ ਇੱਧਰ। ਇੱਧਰ ਥੋੜ੍ਹਾ ਆਪਦੇ ਆਪ ਨੂੰ ਜਿਵੇਂ ਮਹਿਸੂਸ ਨਹੀਂ ਹੁੰਦਾ ਹੁੰਦਾ ਬੰਦੇ ਨੂੰ ਵੀ ਮੈਨੂੰ ਇੱਧਰ ਜ਼ਿਆਦਾ ਕਰਦੇ ਆ ਪਿਆਰ, ਥੋੜ੍ਹਾ ਮੈਨੂੰ ਇੱਧਰ ਜ਼ਿਆਦਾ ਲੱਗਦਾ ਵੀ ਇੱਧਰਲੇ ਲੋਕ ਮੈਨੂੰ ਜ਼ਿਆਦਾ ਪਿਆਰ ਕਰਦੇ ਆ। ਬਈ, ਅੱਜ ਤੁਹਾਨੂੰ ਦੱਸੀਏ, ਤੁਹਾਡੇ ਇੰਟਰਵਿਊ ਲੈਣ ਦਾ ਵੀ ਇਹੀ ਹੋ ਸੀਗਾ, ਮਾਨਸਾ ਅਤੇ ਸਰਦੂਲਗੜ੍ਹ ਦੇ ਬਹੁਤ ਹੋ ਸੀਗੇ, ਹਾਂ, ਕਹਿ ਰਹੇ ਸੀ ਵੀ ਸੰਦੀਪ ਨੂੰ ਜ਼ਰੂਰ ਕੈਮਰੇ ਮੂਹਰੇ ਲਿਆਂਦਾ ਜਾਵੇ, ਇਹਦੀ ਇੰਟਰਵਿਊ ਕੀਤੀ ਜਾਵੇ। ਨਹੀਂ ਨਹੀਂ ਬਹੁਤ ਵਧੀਆ ਕੀਤਾ ਯਾਰ, ਤੁਸੀਂ ਆਏ ਜੋ ਇੰਟਰਵਿਊ ਲਈ ਸਾਡੀ, ਚੱਲ ਤੁਹਾਨੂੰ ਵੀ ਲਾਂਭੇ ਹੋਣੋਂ ਹਟ ਜਾਣੇ ਆ ਹੁਣ, ਹਾਂ ਬਈ, ਹੈ ਨਾ, ਅਤੇ ਵਧੀਆ ਗੱਲ ਆ ਯਾਰ, ਵਧੀਆ ਕੀਤਾ। ਕਈ ਤਾਂ ਮੈਂ ਸ਼ਾਰਟ ਵੀ ਭੇਜੇ ਹੋਇਆ ਬਈ, ਯਾਰ ਤੇਰਾ ਭੇਜਦੇ ਵੀ ਸੰਦੀਪ ਦੀ ਇੰਟਰਵਿਊ ਜ਼ਰੂਰ ਲਓ। ਹਾਂ 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 ਭੇਜੇ, ਸਹੀ ਗੱਲ ਆ। ਨਹੀਂ ਉਹ ਫਿਰ ਲੋਕਾਂ ਨੂੰ ਹੁੰਦਾ ਵੀ ਹਾਂ ਵੀ ਬੰਦੇ ਤੋਂ ਪੁੱਛਿਆ ਜਾਵੇ ਵੀ ਹਾਂ ਕੀ ਇਹਦੇ ਦਿਲ ਦੀਆਂ ਵੀ ਕਿਵੇਂ ਆ, ਹੈ ਨਾ, ਇੰਟਰਵਿਊ ਸਾਰਾ ਕੁਛ ਆਪਣਾ ਆਹੀ ਪਤਾ ਲੱਗਦਾ ਜੇ ਇੰਟਰਵਿਊ ਬੰਦਾ ਸਹੀ ਦੇਵੇ ਤਾਂ, ਹਾਂ ਬਈ, ਅਤੇ ਉਹ ਫਿਰ ਲੋਕਾਂ ਨੇ ਕਰਨਾ ਹੀ ਆ ਵੀ ਹਾਂ ਵੀ ਉਹਦੀ ਇੰਟਰਵਿਊ ਲਓ ਜਾਂ ਫਲਾਣੇ, ਜਿਹੜਾ ਪਲੇਅਰ ਉਹਨਾਂ ਨੂੰ ਵਧੀਆ ਲੱਗਦਾ ਉਹਦਾ ਤਾਂ ਉਹਨਾਂ ਨੇ ਕਹਿਣਾ ਹੀ ਕਹਿਣਾ। ਬਈ, ਜਿਹਨੂੰ ਪਿਆਰ ਕਰਦੇ ਉਹਦੇ ਬਾਰੇ ਕਹਿਣਗੇ, ਹਾਂ, ਕਹਿਣਗੇ ਕਹਿਣਗੇ ਕਹਿਣਗੇ, ਵਾਕਈ ਸਹੀ ਗੱਲ ਆ ਬਈ। ਧੰਨਵਾਦ ਬਈ, ਤੁਸੀਂ ਸਾਡੇ ਲਈ ਟਾਈਮ ਕੱਢਿਆ ਨਾ। ਹਾਂ ਵੀਰੇ, ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ, ਤੁਸੀਂ ਸਾਡੇ ਘਰ ਆਏ, ਇੰਟਰਵਿਊ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਦੋਸਤੋ, ਇਹ ਸੀ ਸੰਦੀਪ ਦੋਦਾ, ਮਾਂ ਖੇਡ ਕਬੱਡੀ ਦਾ ਸੁਪਰ ਸਟਾਰ ਰੇਡਰ। ਸੰਦੀਪ ਦੋਦੇ ਨਾਲ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਿਓ, ਨਾਲ ਹੀ ਸਾਡਾ ਕਬੱਡੀ ਮਾਲਵੇ ਦੀ PV31 YouTube ਚੈਨਲ ਸਬਸਕ੍ਰਾਈਬ ਕਰਿਓ। ਧੰਨਵਾਦ।